ਉਹ ਇੱਕ ਤਾਂ ਸੀ ਦੇਖਣਾ ਕਿ ਕਿ ਜਿਹੜੀ ਇੰਪ পালਸ ਕੰਟਰੋਲ ਆ मोस्ट ਸਾਰੇ ਬੱਚੇ ਬਿਨਾ ਇੰਪ পালਸ ਕੰਟਰੋਲ ਤੋਂ ਆਉਂਦੇ ਆ ਤੇ ਉਹਨਾਂ ਦੇ ਬਚਪਨ ਦੇ ਵਿੱਚ ਪੂਰ ਇੰਪ পালਸ ਕੰਟਰੋਲ ਸਭ ਬੱਚਿਆਂ ਦੀ ਹੁੰਦੀ ਆ ਹੂੰ ਹੂੰ ਹੈ ਨਾ ਸੋ ਕਈ ਬੱਚੇ ਮਾਨਸਿਕ ਤੌਰ ਤੇ ਬਹੁਤ ਸੈਂਸਿਟਿਵ ਤੇ ਫੀਲਰਸ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਕਿ ਫੀਲਿੰਗ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਜਿਵੇਂ ਕੋਈ ਕੋਈ ਦੋ ਜਣੇ ਬਾਹਰ ਖੜੇ ਇੱਕ ਨੂੰ ਠੰਡ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਇੱਕ ਨੂੰ ਨਹੀਂ ਹੋ ਰਹੀ ਮੇਲ ਜਿਹੜੇ ਇਨਫੈਂਟ ਉਹ ਜਿਆਦਾ ਸੈਂਸਿਟਿਵ ਹੁੰਦੇ ਆ ਐਂਡ ਆਦਮੀਆਂ ਨੂੰ ADHD ਉਹ ਕਹਿੰਦੇ ਜਿਆਦਾ ਕਰਦੀ ਆ ਬਲਵਿੰਦਰ ਜੀ ਮੇਰੇ ਦੱਸੋ ਮੈਨੂੰ ਵੀ ਜਿਹੜੀਆਂ ਅਨ ਹੈਲਥੀ ਕੰਡੀਸ਼ਨਸ ਨੇ ਕਿਹੜੀਆਂ ਕਿਹੜੀਆਂ ਨੇ ਜਿਹਦੇ ਨਾਲ ਬ੍ਰੇਨ ਦੇ ਉਸ ਹਿੱਸੇ ਦੀ ਡਿਵੈਲਪਮੈਂਟ ਨਹੀਂ ਹੁੰਦੀ ਜਿਹੜਾ ਤੁਸੀਂ ਸਮਝਿਓ ਕਿ ਇੰਪਲਸਿਵ ਬਿਹੇਵੀਅਰ ਕੰਟਰੋਲ ਨਹੀਂ ਹੁੰਦਾ ਅੱਜ ਸਾਡੇ ਨਾਲ ਪਰਵਿੰਦਰ ਕੋਰਗੇਲ ਸ਼ਾਮਲ ਹੋ ਰਹੇ ਨੇ ਰਜਿਸਟਰਡ ਕਾਉਂਸਲਰ ਨੇ ਅੱਜ ADHD ਬਾਰੇ ਗੱਲਬਾਤ ਚਲੇਗੀ ਬੱਚਿਆਂ ਨੂੰ ਬਹੁਤ ਸਾਰੇ ਨੂੰ ਤੁਸੀਂ ਮਹਿਸੂਸ ਕਰਦੇ ਹੋਗੇ ਕਿ ਦਾ ਉਹ ਧਿਆਨ ਕੇਂਦਰਿਤ ਕਰ ਸਕਦੇ ਆ ਹਾਈਪਰ ਰਹਿੰਦੇ ਆ ਇਹ ਕਿਸਮ ਦਾ ਡਿਸਆਰਡਰ ਆ ਇਸ ਦੇ ਵਿੱਚ ਕਈ ਮਾਪੇ ਗੋਲਦੇ ਨਹੀਂ ਉਹ ਸਮਝਦੇ ਰਹਿੰਦੇ ਨੇ ਕਿ ਨਹੀਂ ਬੱਚਾ ਹੈਲਥੀ ਆਏ ਸੁਭਾਅ ਹੀ ਆਏ ਆਏ ਜੋ ਦਰਸਲ ਉਹਨੂੰ ਇੱਕ ਬਿਮਾਰੀ ਆ ਇੱਕ ਮਾਨਸਿਕ ਰੋਗ ਆ ਔਰ ਇਹ ਠੀਕ ਹੋ ਸਕਦਾ ਇਸ ਦਾ ਇਲਾਜ ਹੋ ਸਕਦਾ ਹੈ ਸੋ ਜਿਹੜੇ ਬੱਚਿਆਂ ਨੂੰ ADHD ਆ ਅਟੈਨਸ਼ਨ ਡੈਫੀਸ਼ੈਂਸੀ ਆ ਹਾਈਪਰ ਐਕਟਿਵ ਡਿਸਆਰਡਰ ਕਹਿੰਦੇ ਇਹਨੂੰ ਉਹਦੇ ਬਾਰੇ ਅੱਜ ਦੱਸਣਗੇ ਪਲਵਿੰਦਰ ਗਿੱਲ ਜੀ ਜੀ ਆਨ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਮਿਸਟਰ ਤੇਨ ਜੀ ਆਨ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਹੈ ਕੀ ਇਹਦੀਆਂ ਲਾਮਤਾਂ ਕੀ ਨੇ ADHD ਦੀਆਂ ਹਾਂਜੀ ਸੋ ਉਸ ਤੋਂ ਪਹਿਲਾਂ ਜਿਵੇਂ ਆਪਾਂ ਮਾਪਕਨੇ ਨੇ ਕਿ ਯੂ نو ਜੇ ਤੁਸੀਂ ਮੈਡੀਕੇਸ਼ਨ ਤੇ ਵੀ ਜਾਂ ਤੁਹਾਡੀ ਟ੍ਰੀਟਮੈਂਟ ਚੱਲ ਵੀ ਰਹੀ ਆ ਇਹ ਜਿਹੜਾ ਸੈਸ਼ਨ ਆ ਸਿਕ ਐਜੂਕੇਸ਼ਨਲ ਪਰਪਸ ਆ ਤੁਸੀਂ ਕੋਈ ਚੀਜ਼ ਆ ਦੀ ਉਹਦੇ ਵਿੱਚੋਂ ਠੀਕ ਵੀ ਕਰਨੀ ਆ ਜਾਂ ਕਟਾਉਣੀ ਆ ਜਾਂ ਵਧਾਉਣੀ ਆ ਜੇ ਮੈਡੀਕੇਸ਼ਨ ਜਾਂ ਤੁਸੀਂ ਜਵੈਲੈਰਿਕ ਕਾਉਂਸਲਰ ਦੇ ਨਾਲ ਰਲ ਕੇ ਲਿਓ ਸੋ ਇੱਕ ਐਜੂਕੇਸ਼ਨਲ ਪਰਪਸ ਤੋਂ ਅਸੀਂ ਸੈਸ਼ਨ ਕਰ ਰਹੇ ਹਾਂ ਕੋਈ ਡਾਇਰੈਕਟ ਡਵਾਈਸ ਇਹ ਨਹੀਂ ਕਿ ਤੁਸੀਂ ਘਰੇ ਵਿਦਾਊਟ ਕਿਸੇ ਦੀ ਸੁਪਰਵੀਜ਼ਨ ਤੋਂ ਅਪਲਾਈ ਕਰ ਸਕੋ ਰਾਈਟ ਸੋ ਤੁਸੀਂ ਆਪਦੇ ਡਾਕਟਰ ਨਾਲ ਜਾਂ ਆਪਦੇ ਕਾਉਂਸਲਰ ਨਾਲ ਰਿਫਲੈਕਟ ਕਰ ਸਕਦੇ ਹੋ ਬਾਕੀ ਏਡੀਐਚਟੀ ਇਹਦਾ ਕਾਫੀ ਵੱਡਾ ਸਪੈਕਟਰਮ ਆ ਠੀਕ ਹੈ ਸੋ ਅਸੀਂ ਇੱਕ ਜਨਰਲਾਈਜ਼ਡ ਜਿਹੜੀ ਇਸ ਬਿਮਾਰੀ ਦੀ ਜਨਰਲਾਈਜ਼ਡ ਸਿੰਪਟਮਸ ਆ ਜਨਰੀ ਕਨਸੀਕਵੈਂਸਸ ਆ ਜੋ ਵੀ ਕਿਵੇਂ ਪੈਦਾ ਕਿਵੇਂ ਹੁੰਦੀ ਸੀ ਉਹਦੀ ਗੱਲ ਕਰਾਂਗੇ ਅੱਜ ਠੀਕ ਹੈ ਸੋ ਜਿਵੇਂ ADHD ਤੁਸੀਂ ਕਿਹਾ ਵਾ ਕਿ ਅਟੈਂਸ਼ਨ ਡਿਫੀਸ਼ੈਂਟ ਹਾਈਪਰਐਕਟਿਵ ਡਿਸਆਰਡਰ ਸੋ ਇਹਦੇ ਸਿੰਟਮਸ ਮਿਸਰਥਨ ਬੇਸਿਕਲੀ ਹੈ ਕਿ ਇੱਕ ਇੰਪਲਸਿਵ ਕੰਟਰੋਲ ਨਾ ਹੋਣਾ ਤੇ ਕਿ ਅਟੈਂਸ਼ਨ ਨਾ ਪੇ ਕਰ ਸਕਣਾ ਬੱਚੇ ਸੋ ਇਹ ਦੋਨੇ ਸੋ ਜਿਵੇਂ ਅਸੀਂ ਦੇਖੀਏ ਕਿ ਇੰਪਲਸ ਕੰਟਰੋਲ ਦਾ ਮਤਲਬ ਹੈ ਵੀ ਤੁਹਾਡੀ ਅਰਜ ਹੋਵੇ ਕਿਸੇ ਚੀਜ਼ ਨੂੰ ਕਰਨੀ ਤੇ ਤੁਹਾਨੂੰ ਰੁਕਣਾ ਹੋਵੇ ਇਹਨੂੰ ਆਪਾਂ ਪੰਜਾਬੀ ਇਦਾਂ ਹੀ ਕਹਿੰਦੇ ਨਾ ਵੀ ਛੇਤੀ ਕਿਸੇ ਹੁਣ ਤੁਹਾਨੂੰ ਭੁੱਖ ਲੱਗੀ ਤੇ ਕਿਸੇ ਦੇ ਹੱਥ ਚ ਚਾਕਲੇਟ ਬਾਹਰ ਆ ਤੇ ਹੁਣ ਆਪਾਂ ਨੂੰ ਵੱਡਿਆਂ ਨੂੰ ਤਾਂ ਪਤਾ ਵੀ ਆਪਾਂ ਆਪਦੀ ਭੁੱਖ ਆਪਾਂ ਖੋ ਨਹੀਂ ਸਕਦੇ ਸਮਝਿਆ ਸੋ ਇੱਥੋਂ ਅਸੀਂ ਸਟਾਰਟ ਕਰਨੇ ਕਿ ਤੁਸੀਂ ਆਪਾਂ ਜੇ ਆਪਾਂ ਸਟਾਰਟਿੰਗ ਦੇ ਵਿੱਚ ਕਰੀਏ ਕਿਹਦੇ ਵਿੱਚ ਇੰਪ পালਸ ਕੰਟਰੋਲ ਘੱਟ ਹੁੰਦੀ ਹੈ ਬੱਚਿਆਂ ਚ ਕਿ ਅਡਲਟਸ ਬੱਚਿਆਂ ਚ ਘੱਟ ਹੁੰਦੀ ਹੈ ਉੱਚੇ ਪੈਦਾ ਇਮਪਲਸ ਕੋਲ ਬਿਨਾ ਇਮਪਲਸ ਕੰਟਰੋਲ ਤੋਂ ਹੁੰਦੇ ਆ ਤੂੰ ਦੇਖ ਜਦੋਂ ਭੁੱਖ ਹੁੰਦੀ ਹੈ ਕੋਲਣੀ ਹੈ ਚੀਜ਼ ਉਹਨਾਂ ਨੂੰ ਜੇ ੱੱਕਾ ਮਾਰ ਦਿੰਦਾ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹਨਾਂ ਨੂੰ ਜਦੇ ਚਾਹੀਦੀ ਹੁੰਦੀ ਆ ਉਹਨਾਂ ਦੇ ਮੂਰੇ ਸ਼ੂਗਰ ਵਾਲੀ ਕੈਂਡੀ ਰੱਖ ਦੋ ਤੇ ਉਹਨਾਂ ਨੇ ਜਦੇ ਉਹਨਾਂ ਨੂੰ ਰੋਟੀ ਛੱਡ ਕੇ ਉਹਨਾਂ ਨੇ ਉਹ ਖਾਣੀ ਆ ਇਮਪਲਸ ਕੰਟਰੋਲ ਉਹਨਾਂ ਦੀ ਪੂਰ ਹੁੰਦੀ ਆ ਇਹਦਾ ਮਤਲਬ ਵੀ ਜਦੋਂ ਆਉਂਦੀ ਆ ਦੁਨੀਆ ਦੇ ਵਿੱਚ ਉਹ ਐਕਚੁਅਲੀ ਉਹ ਸਿੱਖਣੀ ਹੁੰਦੀ ਆ ਉਹ ਡਿਵੈਲਪ ਹੋਣੀ ਹੁੰਦੀ ਓਵਰ ਟਾਈਮ ਸਮਝ ਨਾ ਸੋ ਉਹ ਇੰਪਲਸ ਕੰਟਰੋਲ ਐਕ ਬੱਚੇ ਦੀ ਡਿਵੈਲਪ ਨਹੀਂ ਹੁੰਦੀ ਕੀ ਹਮ ਹਮ ਐਂਡ ਡਿਵੈਲਪ ਕਿਉਂ ਨਹੀਂ ਹੁੰਦੀ ਕਿ ਉਹ ਸਾਡੀਆਂ ਕੰਡੀਸ਼ਨਸ ਕੀ ਹੁੰਦੀਆਂ ਘਰ ਦੀ ਐਨਵਾਇਰਨਮੈਂਟ ਕੀ ਹੁੰਦੀਆਂ ਵਾ ਸੋ ਇੱਕ ਤਾਂ ਅਸੀਂ ਦੇਖਣਾ ਕਿ ਕਿ ਜਿਹੜੀ ਇੰਪਲਸ ਕੰਟਰੋਲ ਆ ਮੋਸਟ ਸਾਰੇ ਬੱਚੇ ਬਿਨਾ ਇੰਪਲਸ ਕੰਟਰੋਲ ਤੋਂ ਆਉਂਦੇ ਆ ਤੇ ਉਹਨਾਂ ਦੇ ਬਚਪਨ ਦੇ ਵਿੱਚ ਪੂਰ ਇੰਪਲਸ ਕੰਟਰੋਲ ਸਭ ਬੱਚਿਆਂ ਦੀ ਹੁੰਦੀ ਆ ਹਮ ਹਮ ਪ੍ਰੋਬਲਮ ਕਿਉਂ ਹੋ ਜਾਂਦੀ ਕਿ ਇਹ ਰੈਗੂਲੇਸ਼ਨ ਹੀ ਸਿੱਖਦੇ ਜਿੰਨਾਂ hmm. ਨੂੰ ADHD ਹੋ ਜਾਂਦੀ ਉਹ ਰੈਗੂਲੇਸ਼ਨ ਨਹੀਂ ਸਿੱਖਦੇ ਉਹ ਬਚਪਨ ਦੇ ਵਿੱਚੋਂ ਨਿਕਲ ਨਹੀਂ ਬਚਪਨ ਦੀ ਇੰਪਲਸ ਕੰਟਰੋਲ ਚੋਂ ਨਿਕਲਦੇ ਨਹੀਂ ਹੈ। ਹਮਮ ਰਾਈਟ ਐਂਡ ਅਟੈਂਸ਼ਨ ਡਿਫੀਸ਼ੈਂਸ ਜਿ세ੋ ਕਹਿੰਦੇ ਅਟੈਂਸ਼ਨ ਦਾ ਪੇ ਨਾ ਕਰਨਾ। ਕਿਦੇ ਵਿੱਚ ਘੱਟ ਹੁੰਦੀ ਆ ਅਟੈਂਸ਼ਨ ਪੇ ਕਰਨ ਦੀ ਅਬਿਲਿਟੀ ਅਡਾਲਤ ਕੇ ਬੱਚੇ ਚ? ਬੱਚੇ ਬੱਚੇ ਚ ਘੱਟ ਹੁੰਦੀ। ਸੋ ਮਿਸਟਰ ਸਿੰਘ ਜੇ ਅਸੀਂ ਇਸ ਚੀਜ਼ ਦੀ ਡੰਗਾਈ ਚ ਜਾਈਏ ਤਾਂ ਮਤਲਬ ਇਹ ਤਾਂ ਡਿਵੈਲਪਮੈਂਟਲ ਪ੍ਰੋਬਲਮ ਆ। ਹਮਮ ਇਹਦਾ ਮਤਲਬ ਜਿਹੜੀ ਚੀਜ਼ ਡਿਵੈਲਪ ਹੋਣੀ ਸੀ ਉਹ ਹੋ ਨਹੀਂ ਸਕੀ ਬਚਪਨ ਚ। ਹਮਮ ਅਨੈਡਿਕ ਆਪਾਂ ਗਾਂ ਜਾ ਕੇ ਕਾਰਨਾ ਦੀ ਵੀ ਗੱਲ ਕਰਾਂਗੇ ਕਿ ਅਟੈਨਸ਼ਨ ਜਿਹੜਾ ਨਾ ਪੇ ਕਰਨਾ ਫੋਰ ਏਗਜ਼ੈਂਪਲ ਇੱਕ ਬੱਚਾ ਵਾ ਯੂ نو ਇੱਕ ਬੱਚੇ ਦੇ ਸਾਹਮਣੇ ਲੜਾਈ ਹੋ ਰਹੀ ਘਰ ਦੇ ਵਿੱਚ ਠੀਕ ਹੈ ਲੜਾਈ ਹੋ ਰਹੀ ਆ ਜਾਂ ਤੁਹਾਨੂੰ ਉਹ ਸਟ्रेस ਫੀਲ ਕਰ ਰਿਹਾ ਵਾ ਜਾਂ ਨੂੰ ਡਰ ਲੱਗ ਰਿਹਾ ਵਾ ਐਂਡ ਆਪਾਂ ਤੁਸੀਂ ਦੇਖੋ ਵੀ ਜੇ ਅਡਲਟ ਨੂੰ ਸਟ्रेस ਫੀਲ ਹੋ ਰਹੀ ਹੈ ਜਾਂ ਨੂੰ ਕੋਈ ਕੁਝ ਕਹਿ ਰਿਹਾ ਵਾ ਆਪਾਂ ਜਾਂ ਤਾਂ ਉਥੋਂ ਭੱਜ ਸਕਦੇ ਆ ਜਾਂ ਸਕਦੇ ਆ ਨਾ ਆਪਾਂ ਜਾਂ ਆਪਾਂ ਫਾਈਟ ਕਰ ਸਕਦੇ ਹਾਂ ਉਸ ਬੰਦੇ ਨਾਲ ફાઈટર ફ્લાઇટ બચ્ચે ਕੋਲੋਂ ਦੋਨੇ ਪੋਸੀਬਿਲਿਟੀ ਨਹੀਂ ਹੂੰ ਉਹਦੇ ਕੋਲ ਕਿਹੜੀ ਪੋਸੀਬਿਲਿਟੀ ਆ ਉਹਦੇ ਕੋਲ ਟਿਊਨਿੰਗ ਆਊਟ ਹੂੰ ਘਰ ਦੇ ਵਿੱਚ ਲੜਾਈ ਹੋ ਰਹੀ ਆ ਮੈਂ ਤੋ ਭੱਜ ਵੀ ਨਹੀਂ ਸਕਦਾ ਮੈਂ ਲੜ ਵੀ ਨਹੀਂ ਸਕਦਾ ਤੇ ਮੈਂ ਆਪਦਾ ਦਿਮਾਗ ਹੀ ਇੱਥੋਂ ਕਿਥੇ ਹੋਰ ਲੈ ਜਾਣਾ ਯਾ ਕਿ ਬੱਚੇ ਮੰਜੇ ਥਲੇ ਪੜ ਜਾਂਦੇ ਆ ਔਰ ਫੀਟਲ ਪੋਜੀਸ਼ਨ ਚ ਆ ਕੇ ਪੈ ਰਹੇ ਨੇ ਐਂਡ ਜਿਓ ਕੋਲੇ ਵੀ ਹੋਂ ਉਹ ਫ੍ਰੀਜ਼ ਹੋ ਜਾਂਦੇ ਆ ਫ੍ਰੀਜ਼ ਦਾ ਮਤਲਬ ਹੈ ਕਿ ਜਿਹੜੇ ਮੋਮੈਂਟ ਦੇ ਵਿੱਚ ਉਹ ਹੁੰਦੇ ਆ ਦੁਬਕ ਜਾਂਦੇ ਆ ਜਿਹੜੇ ਮੂਮੈਂਟ ਦੇ ਵਿੱਚ ਉਹ ਹੁੰਦੇ ਆ ਉੱਥੇ ਉਹ ਟੈਨਸ਼ਨ ਪੇ ਕਰਨਾ ਹੀ ਸਟਾਪ ਕਰ ਦਿੰਦੇ ਆ ਹੂੰ ਉੱਥੋਂ ਆਪਦਾ ਦਿਮਾਗ ਕਿਤੇ ਹੋਰ ਲੈ ਜਾਂਦੇ ਆ ਐਂ ਤੁਸੀਂ ਦੇਖੋ ਵੀ ਫਿਰ ਉਹਨਾਂ ਦੀ ਲਾਈਫ ਦੇ ਵਿੱਚ ਇਹ ਬਣਦਾ ਕੀ ਆ ਕਿ ਜਿਸ ਥਾਂ ਤੇ ਉਹ ਹੁੰਦੇ ਉੱਥੇ ਉਹਨਾਂ ਨੂੰ ਟੈਨ ਟੈਨਸ਼ਨ ਨਹੀਂ ਪਈ ਹੁੰਦੀ ਹੂੰ ਹੂੰ ਸਭ ਨੇ ਉਹ ਬਣ ਜਾਂਦਾ ਉਹਦਾ ਪੈਟਰਨ ਬਣ ਜਾਂਦਾ ਸੋ ਅਸੀਂ ਦੇਖਣਾ ਵੀ ਇੱਕ ਡਿਵੈਲਪਮੈਂਟਲ ਪ੍ਰੋਬਲਮ ਆ ਜਿਹੜੀ ਕਿ ਇੱਕ ਸਟ्रेस ਨਾਲ ਉਹ ਸਟਾਰਟ ਹੁੰਦੀ ਆ ਹੂੰ ਹੂੰ ਐਂਡ ਸਟ੍ਰੈਸ ਦੀ ਵਿੱਚ ਹੀ ਬਹੁਤ ਜ਼ਿਆਦਾ ਘਰ ਦੇ ਵਿੱਚ ਸਟ੍ਰੈਸ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਉਹਦੇ ਨਾਲੇ ਡਿਵੈਲਪਮੈਂਟ ਰੁਕ ਜਾਂਦੀ ਆ ਇੰਪਲਸ ਕੰਟਰੋਲ ਵੀ ਰੁਕ ਜਾਂਦਾ ਤੇ ਉਹਦੇ ਨਾਲ ਅਟੈਂਸ਼ਨ ਵੀ ਰੁਕ ਜਾਂਦੀ ਆ ਕਿਉਂਕਿ ਬੱਚਾ ਜਿੱਥੇ ਬਹੁਤ ਜ਼ਿਆਦਾ ਲੜਾਈ ਆ ਜਿੱਥੇ ਜਾਂ ਕਿਸੇ ਵੀ ਤਰ੍ਹਾਂ ਦੀ ਬਹੁਤ ਜ਼ਿਆਦਾ ਸਟ੍ਰੈਸ ਆ ਬੱਚਾ ਆਪਦੇ ਆਪ ਨੂੰ ਟਿਊਨ ਆਊਟ ਕਰਨ ਲੱਗ ਜਾਂਦਾ ਉਹ ਆਪਦੇ ਆਪ ਦੇ ਦਿਮਾਗ ਉਹਦੇ ਸਰੀਰ ਨੂੰ ਕਿਤੇ ਨਹੀਂ ਲੈ ਕੇ ਜਾ ਸਕਦਾ ਫਿਰ ਉਹਦੇ ਕੋਲ ਕੀ ਚੋਇਸ ਰਹਿ ਜਾਂਦੀ ਉਹ ਦਿਮਾਗ ਹੀ ਕਿਤੇ ਹੋਰ ਲਾ ਲੈਂਦਾ ਫਿਰ ਇਹ اپ ਇਹ ਹੀ ਬੱਚਾ ਜਦੋਂ 16 17 ਸਾਲ ਦਾ ਆ ਕਿੰਨੇ ਵੀ ਸਾਲ ਦਾ ਕਲਾਸਰੂਮ ਦੇ ਚਲਾ ਜਾਂਦਾ ਤੇ ਉਹ ਟੀਚਰ ਕਹਿੰਦੀ ਟੈਂਸ਼ਨ ਨਹੀਂ ਪੇ ਕਰਦਾ ਸਪੇਸ ਆਊਟ ਹੋ ਗਿਆ ਉਹਨੇ ਕੀ ਸਿੱਖਿਆ ਕਿ ਜਦੋਂ ਮੈਨੂੰ ਸਟ्रेस ਹੋਈ ਮੈਂ ਮੈਂ ਟੈਂਸ਼ਨ ਆਵਦੀ ਕਿਤੇ ਹੋ ਹਾਂ ਤੇ ਕਲਾਸਰੂਮ ਦੇ ਵਿੱਚ ਜਦੋਂ ਵੀ ਉਹਨੂੰ ਸਟ्रेस ਫੀਲ ਹੁੰਦੀ ਹੈ ਜਾਂ ਕੋਈ ਨਵਾਂ ਟਾਪਿਕ ਸਿੱਖਦਾ ਵਾ ਹਮ ਹ ਉਹ ਟਿਊਨ ਆਊਟ ਹੋ ਜਾਂਦਾ ਵਾ ਹਮ ਹ ਉਹਨੇ ਉੱਥੇ ਟੈਂਸ਼ਨ ਨਹੀਂ ਪੇ ਕਰਨੀ ਕਿਉਂਕਿ ਜਿੱਥੇ ਸਟ्रेस ਆ ਉਹਨੇ ਸਿੱਖਿਆ ਵਾ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਕੀ ਆ ਇਮਨ ਜਿਵੇਂ ਹੁਣ ਆਪਾਂ ਫ੍ਰੀਜ਼ ਫ੍ਰੀਜ਼ ਵਾਲਾ ਆ ਜਾਂਦਾ ਜਿਵੇਂ ਆਲਮੋਸਟ ਜਿੰਦਰਾਂ ਦੇ ਵਿੱਚ ਹੁਣ ਜੇ ਤੁਸੀਂ ਕੈਰੀ ਗਏ ਹੋ ਨਾ ਤੁਸੀਂ ਭੱਜ ਸਕਦੇ ਹੋ ਜਾਂ ਨਾ ਤੁਸੀਂ ਉਸ ਜਾਨਵਰ ਨਾਲ ਫਾਈਟ ਕਰ ਸਕਦੇ ਹੋ ਫਿਰ ਲੋਕੀ ਪਲੇ ਡੈੱਡ ਕਰ ਲੈਂਦੇ ਸੀ ਬਚ ਜਾਂਦੇ ਸੀ ਨਾ ਪਲੇ ਡੈੱਡ ਕਰਕੇ ਕਿਉਂਕਿ ਇਹਨਾਂ ਨੇ ਵੀ ਸਾਹ ਰੋਕ ਲੈਂਦੇ ਸੀ ਤੇ ਦੂਸਰਾ ਐਨੀਮਲ ਅਟੈਕ ਨੇ ਸੋ ਅਸੀਂ ਵੇਖਣਾ ਵਾ ਵੀ ਜਿਹੜੀ ਅਟੈਂਸ਼ਨ ਨਾ ਪੇ ਕਰਨੀ ਤੇ ਜਿਹੜਾ ਪੂਰ ਇੰਪਲਸ ਕੰਟਰੋਲ ਆ ਇੱਕ ਡਿਵੈਲਪਮੈਂਟਲ ਪ੍ਰੋਬਲਮਸ ਨੇ ਜਿਹੜੀਆਂ ਸਾਡੇ ਬੱਚੇ ਚ ਡਿਵੈਲਪ ਹੋਣੀਆਂ ਚਾਹੀਦੀਆਂ ਸੀ ਪਰ ਹੋਈਆਂ ਨਹੀਂ ਹਮ ਹਮ ਸੋ ਇਦ ਕਾਰਨ ਵੀ ਜ਼ਰੂਰ ਦੱਸੋ ਬਈ ਕੀ ਕੀ ਕਾਰਨ ਨੇ ਹਮ ਹਮ ਸੋ ਜਿਵੇਂ ਮੈਂ ਤੁਹਾਨੂੰ ਦੱਸਤਾ ਵੀ ਜਿਹੜੀ ਸਟ्रेस ਆ ਹਮ ਹਮ ਐਂਡ ਮਿਸਟਰ ਥੈਂਡ ਇੱਕ एनवायरमेंट ਜਿਹੜਾ ਜਿਸ ਹੁਣ ਆਪਾਂ এনवायरमेंट ਦੇ ਵਿੱਚ ਰਹਿ ਰਹੇ ਹਾਂ ਨਾ ਜਿਸ ਕਲਚਰ ਚ ਆਪਾਂ ਰਹਿ ਰਹੇ ਸੋਸਾਇਟੀ ਚ ਇੱਕ ਪਰ ਬੱਚੇ ਦੀ ਚੰਗੀ ਤਰ੍ਹਾਂ ਪਰਵਿਸ਼ ਹੋ ਸਕੇ ਨਾ ਉਦੇ ਲਈ ਘੱਟ ਸੂਟੇਬਲ ਬਣਦਾ ਜਾ ਰਿਹਾ ਹੂੰ ਸਾਨੂੰ ਉਹ ਘੱਟ ਸੂਟੇਬਲ ਟਿਕਟ ਟਿਕਟੀ ਜਾਂਦੀ ਆ ਸਭ ਤੋਂ ਵੱਡੀ ਚੈ ਸੈਂਸ ਆਫ ਕਮਿਊਨਿਟੀ ਹੂੰ ਇੱਕ ਇਨਸਾਨ ਤੇ ਇੰਨਾ ਪ੍ਰੈਸ਼ਰ ਆ ਬੱਚਾ ਪਾਲਣ ਦਾ ਤੇ ਪਰਫੈਕਟ ਪਾਲਣ ਦਾ ਤੇ ਉਹਨੂੰ 10 ਲੈਂਗੁਏਜਸ ਆ ਉਹਨੂੰ ਜਦੋਂ ਉਹ 5 ਸਾਲਾਂ ਦਾ ਹੋ ਜੇ ਇਟਸ ਅ ਇਹ ਸੋਸਾਇਟੀ ਜਿਹੜੀ ਆਪਾਂ ਬਣਾਈ ਵੀ ਆ ਇਹ ਬੱਚਾ ਪਾਲਣ ਤੇ ਇਹ ਪ੍ਰੋਬਲਮਸ ਖਾਂ ਜਿਆਦੇ ਆਉਣੀਆਂ ਕਿਉਂਕਿ ਬੱਚਾ ਪਾਲਣ ਦੀ ਜਿਹੜੀਆਂ এনवायरमेंटਸ ਪ੍ਰੀ ਰੱਖ ਚਾਹੀਦੀਆਂ ਉਹ ਉਹ ਨਹੀਂ ਹੈ ਰੀਆਂ ਸਕਰੀਨ ਰਾਈਟ ਫਾਈਨੈਂਸ਼ੀਅਲ ਸਟ्रेस ਮਾਂ ਬਾਪ ਤੇ ਐਂਡ ਇੱਕ ਕੱਲ੍ਹ ਘਰ ਦੀ ਸਟ्रेस ਨਹੀਂ ਇੱਕ ਇਕਨੋਮਿਕ ਇੱਕ ਸੋਸਾਇਟੀ ਸਟ्रेस ਆ ਪਰ ਏਸੀ ਸਟ्रेस ਦੇ ਵਿੱਚੋਂ ਕਈ ਬੱਚੇ ਜਿਹੜੇ ਬੜੇ ਇੰਟੈਲੀਜੈਂਟ ਨਿਕਲਦੇ ਨੇ ਐਕਚੁਅਲੀ ਮੈਜੋਰਿਟੀ ਆਫ ਥੈਮ ਬੜੇ ਫਾਸਟ ਨੇ ਬੜੇ ਸ਼ਾਰਪ ਨੇ ਤਿੱਖੇ ਤੇਜ਼ ਤਰਾਰ ਨੇ ਉਹਨਾਂ ਦੀ ਸਾਰੀ ਡਿਵੈਲਪਮੈਂਟ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ ਤੁਹਾਡੇ ਫਾਰਮੂਲੇ ਦੇ ਮੁਤਾਬਕ ਤਾਂ ਫਿਰ ਸਾਰਿਆਂ ਨੂੰ ਹੋ ਜਣਾ ਚਾਹੀਦਾ ADHD ਸਟ्रेस ਸਾਰੇ ਘਰਾਂ ਦੇ ਵਿੱਚ ਆ ਲੜਾਈ ਪੜਾਈ ਵੀ ਚੱਲਦੀ ਰਹਿੰਦੀ ਆ ਪ੍ਰੋਬਲਮਸ ਵੀ ਹੁੰਦੇ ਰਹਿੰਦੇ ਨੇ ਇਸ ਹਿਸਾਬ ਨਾਲ ਤਾਂ ਸਾਰੇ ਬੱਚੇ ਜਿਹੜੇ ਆ ADHD ਜਿਹੜੇ ਆ ਤੁਹਾਡੀ ADHD ਦੇ ਮਰੀਜ਼ ਹੋ ਜਾਣੇ ਚਾਹੀਦੇ देखो मिस्टर देन एडीएचडी बहुत संख्या ਦੇ ਵਿੱਚ ਸੈਂਸਿਟਿਵ ਬੱਚਿਆਂ ਤੇ ਜਿਆਦਾ ਪਾਰੀ ਹੁੰਦੀ ਆ ਸੋ ਆਰ ਯੂ ਇਮਪਲਾਈਂਗ ਕਿ ਜਿਨ ਨੂੰ ਨਹੀਂ ਹੁੰਦੀ ਉਹ ਇਨਸੈਂਸਿਟਿਵ ਨੇ ਨਹੀਂ ਨਹੀਂ ਇਨਸੈਂਸਿਟਿਵ ਨਹੀਂ ਸੈਂਸਿਟਿਵ ਦਾ ਮਤਲਬ ਹੈ ਕਿ ਜਿਹੜੇ ਬੱਚੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਕਹਿੰਦੇ ਕਿ ਇੱਕ ਪੌਦਾ ਵਾ ਹਰ ਪੌਦੇ ਨੂੰ ਇੱਕੋ ਤਰ੍ਹਾਂ ਦਾ ਮੀਂਹ ਨਹੀਂ ਚਾਹੀਦਾ ਹਰ ਪੌਦੇ ਨੂੰ ਇੱਕੋ ਤਰ੍ਹਾਂ ਦੀ ਧੁੱਪ ਵੀ ਨਹੀਂ ਚਾਹੀਦੀ ਹਰ ਪੌਦੇ ਨੂੰ ਇੱਕ ਤਰ੍ਹਾਂ ਦੀ ਖਾਣਕ ਵੀ ਨਹੀਂ ਚਾਹੀਦੀ ਸਮਝਿਆ ਸੋ ਕਈ ਬੱਚੇ ਮਾਨਸਿਕ ਤੌਰ ਤੇ ਬਹੁਤ ਸੈਂਸਿਟਿਵ ਤੇ ਫੀਲਰਸ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਕਿ ਫੀਲਿੰਗ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਜੇ ਹੁਣ ਕੋਈ ਕੋਈ ਦੋ ਜਣੇ ਬਾਹਰ ਖੜੇ ਇੱਕ ਨੂੰ ਠੰਡ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਇੱਕ ਨੂੰ ਨਹੀਂ ਹੋ ਰਹੀ ਇੱਕ ਨੂੰ ਹੋ ਰਹੀ ਹੈ ਲੋੜ ਮੁਤਾਬਕ ਹੋ ਰਹੀ ਹੈ ਠੀਕ ਹੈ ਯੂ نو ਨਾ ਪਰ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਉਹ ਦੋਨੇ ਉਹ ਜਿਹਨੂੰ ਨਹੀਂ ਇੰਨੀ ਮਹਿਸੂਸ ਹੋ ਰਹੀ ਉਹ ਇਨਸੈਂਸਿਟਿਵ ਆ ਹੋ ਰਹੀ ਆ ਪਰ ਉਹਦੇ ਕਿਤੇ ਬੈਲੈਂਸਡ ਹੋਇਆ ਵੀ ਆ ਪਰ ਆਈ ਮੀਨ ਉਹਦਾ ਥੋੜਾ ਹੈਵ ਯੂ ਕੱਟ ਆਫ ਮਹਿਸੂਸ ਕਰ ਰਿਹਾ ਪਰ ਇੱਕ ਨੂੰ ਬਹੁਤ ਜ਼ਿਆਦਾ ਲੱਗ ਰਹੀ ਠੰਡ ਸੋ ਐਵੇਂ ਹੀ ਭਾਵਨਾਵਾਂ ਦਾ ਜਿਹੜਾ ਇੰਟੈਂਸਿਟੀ ਆ ਕਿਸੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗਦੀ ਕਿਸੇ ਨੂੰ ਘੱਟ ਲੱਗਦੀ ਆ ਇਹ ਜੇ ਇਹਨੂੰ ਬਿਮਾਰੀ ਸਮਝ ਲਈਏ ਜਾਂ ਡਿਸਆਰਡਰ ਸਮਝ ਲਈਏ ਇਹ ਕਿਤੇ ਇਸ ਤਰ੍ਹਾਂ ਤਾਂ ਨਹੀਂ ਜਿਵੇਂ ਹੁਣ ਸ਼ੂਗਰਾ ਕੈਂਸਰਾ ਯਹੋਰ ਕਈ ਬਿਮਾਰੀਆਂ ਜਿਹੜੀਆਂ ਵਿਰਸੇ ਚ ਮਿਲਦੀਆਂ ਇਹ ਇਹ ਤਾਂ ਨਹੀਂ ਕਿਤੇ ਜੇ ਕਿਸੇ ਦੇ ਦਾਦਾ ਦੇ ਪਰਦਾਦੇ ਨੂੰ ਤਾਂ ਬੱਚੇ ਨੂੰ ਹੋ ਹੀ ਜਾਣੀਆਂ ਡਸਨਟ ਮੈਟਰ ਤੁਸੀਂ ਉਹਦਾ ਕਿੰਨਾ ਖਿਆਲ ਰੱਖੋ ਉਹਨੂੰ ਕਿੰਨੀ ਚੰਗੀ ਤਰ੍ਹਾਂ ਪਾਲਦੇ ਹੋ ਸਾਰੀਆਂ ਸਹੂਲਤਾਂ ਦਿੰਨੇ ਹੋ ਸਾਰਾ ਕੁਝ ਇੱਕ ਮਨੋਵਿਗਿਆਨੀ ਦੇ ਬੱਚੇ ਦੀ ਪਰਵਰਿਸ਼ ਜਿੰਨੀ ਮਰਜ਼ੀ ਉਹ ਵਧੀਆ ਕਰ ਲਵੇ ਪਰ ਜੇ ਹੈਰੈਡਿਟਰੀ ਦੇ ਵਿੱਚ ਉਹਦੇ ਨੁਕਸਾ ਫਿਰ ਉਹ ਤਾਂ ਉਹਦਾ ਜਿਹੜੇ ਜੀਨਸ ਨੇ ਹੋਸਾ ਕਿ ਕਨ ਹੋ ਜਾਣੇ ਦੇਖੋ ਤੁਸੀਂ ਇਹਨਾਂ ਐਵੀਆ ਕਪਣਾਉਣ ਵਾਲਾ ਕੁਐਸਚਨ ਸੀਗਾ ਕਿ ਮੋਸ ਲੋਕੇ ਕੇਵਰੇ ਹੀ ਸਮਦੇ ਵੀ ਇਹ ਜੈਨੇਟਿਕ ਆ ਹੁਣ ਉਹਨਾਂ ਨੇ ਸਾਇੰਸ ਨੇ ਉਹ ਉਹਨਾਂ ਨੇ ਇੱਕ ਡਿਕਲੇਅਰ ਕਰਤਾ ਬਹੁਤ ਰੇਅਰ ਬਿਮਾਰੀਆਂ ਵਾਂ ਜਿਹੜੀਆਂ ਜੈਨੇਟਿਕਲੀ ਪਾਸ ਹੁੰਦੀਆਂ ਵੀ ਜੇ ਇੱਕ ਮਾਂ ਨੂੰ ਸੀ ਤੇ ਬੱਚੇ ਨੂੰ ਹੋਊਗੀ ਹੋਊਗੀ ਜਾਂ ਇੱਕ ਬਹੁਤ ਰੇਅਰ ਬਿਮਾਰੀਆਂ ਬਹੁਤ ਘੱਟ ਆ most ਬਿਮਾਰੀਆਂ ਦੇ ਤੁਹਾਡੀ ਸੈਂਸਿਟੀਵਿਟੀ ਹੋ ਸਕਦੀ ਆ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਆ ਕਿ ਤੁਹਾਨੂੰ 슈ਗਰ ਆ ਡਾਇਬੀਟੀਜ਼ ਆ ਉਹ ਸਦਾ ਤੁਹਾਡੇ ਬਾਪ ਨੂੰ ਹੋਵੇ ਤੁਹਾਡੇ ਫਾਦਰ ਨੂੰ ਹੋਵੇ ਤੁਹਾਡੇ ਮਦਰ ਨੂੰ ਹੋਵੇ ਤੁਹਾਡੇ ਅੰਦਰ ਉਸ ਦੀ ਡਾਇਬੀਟੀਜ਼ ਦਾ 슈ਗਰ ਦੀ ਸੈਂਸਿਟੀਵਿਟੀ ਆ ਪਰ ਉਸ ਸੈਂਸਿਟੀਵਿਟੀ ਨੇ ਇੰਟਰੈਕਟ ਹੋਣਾ ਜਾਂ ਨਹੀਂ ਹੋਣਾ ਇੰਟਰੈਕਟ ਕਰਨਾ এনवायरमेंट ਦੇ ਨਾਲ ਹੁਣ ਉਹ এনवायरमेंट ਦੀ ਇੰਟਰੈਕਸ਼ਨ ਉਹਦੇ ਨਾਲ ਡਿਸਾਈਡ ਕਰੂਗੀ ਵੀ ਤੁਹਾਨੂੰ 슈ਗਰ ਹੋਵੇ ਜਾਂ ਨਾ ਹੋਵੇ ਉਹਨਾਂ ਤੁਸੀਂ ਦੇਖੋ ਵੀ ਤੁਸੀਂ ਲੈਸੇ ਤੁਸੀਂ ਕਿਸੇ ਨੂੰ ਡਾਇਬੀਟਿਸ ਉਹਦੇ ਫਾਦਰ ਨੂੰ ਸੀ ਉਹਦੇ ਅਗੇ ਉਹਨਾਂ ਨੇ এনवायरमेंट ਦੇ ਵਿੱਚ ਆਪਦਾ ਲਾਈਫ ਸਟਾਈਲ ਚੇਂਜ ਕਰ ਲਿਆ ਆਪਦੇ ਰਿਸ਼ਤੇ ਚੇਂਜ ਕਰ ਲਏ ਆਪਦਾ ਖਾਣਾ ਪੀਣਾ ਚੇਂਜ ਕਰ ਲਿਆ ਯੂ نو 슈ਗਰ ਵਾਲੀਆਂ ਚੀਜ਼ਾਂ ਛੱਡਤੀਆਂ ਹੱਟੇ ਛੱਡ ਤੇ ਉਹਨਾਂ ਨੂੰ ਡਾਇਬੀਟਿਸ ਨਹੀਂ ਰਹੀ ਜਾਂ ਹੁੰਦੀ ਹੋਣ ਦੇ ਚਾਂਸ ਘਟ ਜਾਈਏ ਕਈ ਇੰਨੀ 슈ਗਰ ਖਾਂਦੇ ਸਾਰਾ ਕੁਝ ਕਰਦੇ ਆ ਪਰ ਹੈਲਥ ਰਿਚ ਉਹਨਾਂ ਦਾ ਇਹ ਨਹੀਂ ਮਿਸਬੂਤ ਹੁੰਦੀ ਹੁਣ ਸ਼ੂਗਰ ਹੁੰਦੀ ਨਹੀਂ ਜੀ ਹਾਂ ਸੋ 8 ਮਿਸਥੈਨ ਹੁਣ ਉਹਨਾਂ ਨੇ ਇਹ ਕਿਹਾਗਾ ਕਿ ਸਾਨੂੰ ਅਸੀਂ ਸੈਂਸਿਟੀਵਿਟੀ ਕੈਰੀ ਕਰਦੇ ਆ ਕੋਈ ਤੁਹਾਡੇ ਅੰਦਰ ਜੀ ਨਾ ਇਹਦਾ ਮਤਲਬ ਇਹ ਨਹੀਂ ਸੈਂਸਿਟੀਵਿਟੀ ਵੀ ਉਹ ਚੀਜ਼ ਤੁਸੀਂ ਹੋਊਗੀ ਤੁਹਾਨੂੰ ਲਾਈਫ ਦੇ ਵਿੱਚ ਨਹੀਂ ਸੈਂਸਿਟੀਵਿਟੀ ਹੈਗੀ ਆ ਇਹਦਾ ਮਤਲਬ ਹੈ ਕਿ ਜੇ ਤੁਸੀਂ ਆਪਦੇ এনवायरमेंट ਦਾ ਬਾਹਰ ਦੀਆਂ ਚੀਜ਼ਾਂ ਦਾ ਧਿਆਨ ਰੱਖਿਆ ਤੁਸੀਂ ਨਾ ਰੱਖਿਆ ਤੁਸੀਂ ਡਿਵੈਲਪ ਕਰ ਸਕਦੇ ਹੋ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਰਿਸਰਚ ਵੀ ਕੀਤੇ ਆ ਸਰਵੇਸ ਵੀ ਕੀਤੇ ਉਹਨਾਂ ਨੇ ਕਿ ਇੱਕ ਮਦਰ ਆ ਉਹਨਾਂ ਨੇ ਆਪਦੇ ਦੋ ਬੇਟੀਆਂ ਨੂੰ ਕੈਂਸਰ ਜੀਨਸ ਪਾਸ ਕਰਦੀ ਇੱਕ ਬੇਟੀ ਨੂੰ ਹੋਇਆ ਕੈਂਸਰ ਇੱਕ ਨੂੰ ਹੋਇਆ ਨਹੀਂ ਫਿਰ ਉਹਨਾਂ ਨੇ ਦੋਨਾਂ ਦੇ এনवायरमेंट ਨੂੰ ਦੇਖਿਆ ਕਿ ਜੀਨ ਤਾਂ ਦੋਨੇ ਸੈਂਸਿਟੀਵਿਟੀ ਦਾ ਦੋਨਾਂ ਚ ਪਰ ਇੱਕ ਦਾ ਇਨਵਾਇਰਨਮੈਂਟ ਇੱਕ ਦੇ ਰਿਸ਼ਤੇ ਬਹੁਤ ਪੋਜ਼ਿਟਿਵ ਸੀ ਹੂੰ ਹੂੰ ਉਸੇ ਰਿਸ਼ਤੇ ਪੋਜ਼ਿਟਿਵ ਨੇ ਉਹਦੀ ਸੈਂਸਿਟੀਵਿਟੀ ਵੀ ਟਰਨ ਆਫ ਕਰਤੀ ਕੈਂਸਰ ਦੀ ਹੂੰ राइट सो ਅਸੀਂ ਇੱਕ ਸੈਂਸਿਟੀਵਿਟੀ ਲੈ ਕੇ ਤੁਰਦੇ ਆ ਉਹ ਸੈਂਸਿਟੀਵਿਟੀ ਨੇ এনवायरमेंट ਦੇ ਨਾਲ ਇੰਟਰੈਕਟ ਕਰਨਾ ਵਾ ਰਾਈਟ ਹੁਣ ਤੁਸੀਂ ਫਾਰ ਇਗਜ਼ਾਮਪਲ ਇੱਕ ਬੱਚਾ ਵਾ ਜੇ ਬਹੁਤ ਸੈਂਸਿਟਿਵ ਬੱਚਾ ਵਾ ਜਿਵੇਂ ਆਪਾਂ ਕਿਹਾ ਇਮੋਸ਼ਨਲੀ ਜਿਵੇਂ ਆਪਾਂ ਕਹਿੰਦੇ ਠੰਡ ਕਿਸੇ ਨੂੰ ਜ਼ਿਆਦਾ ਲੱਗਦੀ ਗਰਮੀ ਕਿਸੇ ਨੂੰ ਜ਼ਿਆਦਾ ਉਹਵੇਂ ਫੀਲਿੰਗਸ ਕਿਸੇ ਨੂੰ ਜ਼ਿਆਦਾ ਮਹਿਸੂਸ ਹੁੰਦੀਆਂ ਵਾ ਯੂ نو ਐਂਡ ਇਹ ਉਹ ਕਹਿੰਦੇ ਟੈਂਪਰਮੈਂਟ ਹੀ ਆਉਂਦਾ ਕੁਦਰਤੀ ਤੌਰ ਤੇ ਬੱਚਿਆਂ ਨੂੰ ਆਉਂਦਾ ਤੇ ਫਿਰ ਭੈਣ ਭਰਾਵਾਂ ਦੇ ਵਿੱਚ ਵੀ ਫਰਕ ਹੁੰਦਾ ਕਿ ਇੱਕ ਨੂੰ ਫੀਲਿੰਗਸ ਬਹੁਤ ਜ਼ਿਆਦਾ ਮਹਿਸੂਸ ਹੁੰਦੀਆਂ ਇੱਕ ਨੂੰ ਘੱਟ ਮਹਿਸੂਸ ਹੁੰਦੀਆਂ ਸੋ ਸੈਂਸਿਟਿਵ ਬੱਚਿਆਂ ਨੂੰ ADHD ਹੋਣ ਦੇ ਵੱਧ ਚਾਂਸਸ ਵੱਧ ਚਾਂਸਸ ਨੇ ਜਿਵੇਂ ਫੋਰ ਇਗਜ਼ਾਮਪਲ ਮੈਂ ਅਕਸਰ ਜਿਵੇਂ ਕਹਿੰਦੇ ਨੇ ਕਿ ਜਿਵੇਂ ਆਪਾਂ ਬਾਹਰ ਪੌਦਾ ਲਾਇਆ ਨਾ ਤੇ ਸੈਂਸਿਟਿਵ ਜਿਹੜਾ ਜਿਹੜਾ ਸੈਂਸਿਟਿਵ ਪਲੈਂਟ ਆ ਉਹ ਦੇ ਉਹਨੂੰ ਡੈਮੇਜ ਹੋਣ ਦੇ ਵੱਧ ਚਾਂਸਸ ਆਉਂਦੇ ਕਿਉਂ ਨਹੀਂ ਮਾੜੀ ਜੀ ਧੁੱਪ ਨਾਲ ਵੀ ਜਿਆਦਾ ਡੈਮੇਜ ਹੋ ਜਾਂਦਾ ਉਹਨਾਂ ਨੂੰ ਮਾੜੀ ਹਾਂ ਪਰ ਜੇ ਉਹਨੂੰ ਸੀ ਇੱਕ ਮਾਲੀ ਇੱਕ ਗਾਰਡਨਰ ਉਹਨੂੰ এনवायरमेंट ਵਧੀਆ ਦੇਵੇ ਉਹਦੇ ਵਿੱਚ ਪੋਸਿਬਿਲਟੀ ਬਹੁਤ ਹੁੰਦੀ ਆ ਕਿਉਂਕਿ ਜਿਹੜੇ ਇਮੋਸ਼ਨਸ ਜਿਹੜੇ ਸੈਂਸਿਟਿਵ ਬੱਚੇ ਹੁੰਦੇ ਆ ਇਹ ਬਹੁਤ ਜਿਆਦਾ ਕ੍ਰੀਏਟਿਵ ਹੁੰਦੇ ਆ ਇਹ ਮਹਿਸੂਸ ਬਹੁਤ ਕਰਦੇ ਡੰਗਾਈ ਤੇ ਮਹਿਸੂਸ ਕਰ ਲੈਂਦੇ ਆ ਕਈ ਵਾਰ ਇੰਨੀ ਡੰਗਾਈ ਤੇ I mean ਆਮ ਤੁਸੀਂ ਦੇਖੋ ਕਈ ਵਾਰ ਬਹੁਤ ਮੈਡੀਟੇਸ਼ਨ ਜਾਂ ਉਧਰ ਜੇ ਉਹਨਾਂ ਦੀ ਸਹੀ ਪਰਵਰਿਸ਼ ਕੀਤੀ ਹੋਵੇ ਕਿਉਂਕਿ ਮਹਿਸੂਸ ਹਰ ਚੀਜ਼ ਨੂੰ ਬਹੁਤ ਕਰ ਲੈਂਦੇ ਆ ਐਨ ਮਹਿਸੂਸ ਕਰਨਾ ਇੱਕ ਬਲੇਸਿੰਗ ਆ ਕਿ ਤੁਸੀਂ ਮਹਿਸੂਸ ਕਰ ਸਕਦੇ ਪਰ ਜੇ ਇੱਕ ਐਵ ਜਿਸ ਸਟ्रेसਫੁਲ এনवायरमेंट ਦੇ ਵਿੱਚ ਪਾਧ ਦਿੱਤਾ ਜਾਵੇ ਸੈਂਸਿਟਿਵ ADHD ਐਡਿਕਸ਼ਨ ਦੇ ਚਾਂਸਸ ਡਿਪਰੈਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿਉਂਕਿ ਲੋਕ ਆਮ ਜਿਵੇਂ ਨਾਰਮਲ ਲੋਕਾਂ ਨਾਲੋਂ 10 20 ਗੁਣਾ ਜ਼ਿਆਦਾ ਮਹਿਸੂਸ ਕਰਦੇ ਆ ਚੀਜ਼ਾਂ ਫੀਲਿੰਗਸ ਜ਼ਿਆਦਾ ਮਹਿਸੂਸ ਕਰਦੇ ਆ ਐਂਡ ਹੋ ਸਕਦਾ ਕਿ ਇਹਨਾਂ ਨੂੰ ਸੈਂਸਿਟੀਵਿਟੀ ਮਿਲੀ ਹੋਵੇ ਉਸਦਾ ਇਹਨਾਂ ਦੇ ਮਦਰ ਇੰਦਾਂ ਨੇ ਉਹ ਬਸ ਉਹਨਾਂ ਦੀ ਇਸ ਸੈਂਸਿਟੀਵਿਟੀ ਇਹਨਾਂ ਦੇ ਇਮੋਸ਼ਨਸ ਬੱਚੇ ਦਾ ਪਤਾ ਲੱਗ ਜਾਂਦਾ ਤੁਸੀਂ ਜਦੋਂ ਪਾਲਦੇ ਬੱਚੇ ਨੂੰ ਪਤਾ ਲੱਗ ਜਾਂਦਾ ਇਸ ਕਰਕੇ ਦੇਖਿਆ ਕਰੋ ਕਿ ਹਰ ਬੱਚਾ ਇੱਕ ਪੌਦੇ ਦੀ ਤਰ੍ਹਾਂ ਤੁਸੀਂ ਆਪਣੇ ਬੱਚੇ ਦਾ ਦੇਖਣਾ ਵੀ ਉਹਦੀ ਕੀ ਸੈਂਸਿਟੀਵਿਟੀ ਆ ਹਮ ਹਮ ਐਂਡ ਆਮ ਮਿਸਟਰ ਤੈਨੂੰ ਕਹਿੰਦੇ ਕਿ ਮੇਲ ਜਿਹੜੇ ਇਨਫੈਂਟ ਆ ਉਹ ਜ਼ਿਆਦਾ ਸੈਂਸਿਟਿਵ ਹੁੰਦੇ ਆ ਰੀਅਲੀ ਐਂਡ ਆਦਮੀ ਨੂੰ ADHD ਉਹ ਕਹਿੰਦੇ ਜ਼ਿਆਦਾ ਕਰਦੀ ਆ ਹਮ ਹਮ ਆਮ ਤੌਰ ਤੇ ਤਾਂ ਸਮਝਿਆ ਜਾਂਦਾ ਵੀ ਕੋਮਲਤਾ ਇਸਤਰੀਆਂ ਚ ਜ਼ਿਆਦਾ ਇਸਤਰੀਆਂ ਜਿਹੜੇ ਪਰ ਸੈਂਸਿਟੀਵਿਟੀ ਦਾ ਜਿਵੇਂ ਔਰਤਾਂ ਦਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ इमोशनल ਤੌਰ ਤੇ ਉਹ ਥੋੜਾ ਜਿਆਦਾ ਸ਼ੇਅਰ ਕਰਕੇ ਥੋੜਾ ਬੈਲੈਂਸ ਆਊਟ ਕਰ ਲੈਂਦੀਆਂ ਵਾਂ ਪਰ ਆਦਮੀ ਕਰ ਨਹੀਂ ਸਕਦਾਗਾ ਰਾਈਟ ਆਦਮੀ ਕੋਲੇ ਖੋਲ ਨਹੀਂ ਦਿੱਤੀ ਕਿ ਸਮਾਜ ਵੱਲੋਂ ਰਾਈਟ ਸੋ ਅੱਜ ਜਿਹੜੀ ਆਪਾਂ ਗੱਲ ਕਰਨੇ ਆ ਮੀਡੀਐਚਡੀ ਇੱਕ ਇਹ ਨਾ ਸੋਚੋ ਇੱਕ ਕਰ ਦੀ ਪ੍ਰੋਬਲਮ ਆ ਇੱਕ ਸੋਸਾਇਟੀ ਪ੍ਰੋਬਲਮ ਆ ਇੱਕ ਸੋਸਾਇਟੀ ਪ੍ਰੋਬਲਮ ਆ ਕਿ ਜਿਹੜੇ ਬੱਚੇ ਦਾ ਪ੍ਰੀ-ਫਰੰਟਲ ਕੋਰਟੈਕਸ ਡਿਵੈਲਪ ਹੋਣਾ ਚਾਹੀਦਾ ਸੀ ਕਿਉਂਕਿ ਇੰਪਲਸ ਕੰਟਰੋਲ ਪ੍ਰੀ-ਫਰੰਟਲ ਕੋਰਟੈਕਸ ਡਿਵੈਲਪ ਕਰਦਾ ਵਾ ਸਮਝਿਆ ਜਿਨ੍ਹਾਂ ਨੂੰ ADHD ਹੁੰਦੀ ਹੈ ਉਹਨਾਂ ਦਾ ਫਰੰਟ ਜਿਹੜਾ ਪ੍ਰੀ-ਫਰੰਟਲ ਕੋਰਟੈਕਸ ਡਿਵੈਲਪ ਨਹੀਂ ਹੁੰਦਾ ਪ੍ਰੋਪਰਲੀ ਐਂਡ ਇੱਕ ਸੋਸਾਇਟੀ ਪ੍ਰੋਬਲਮ ਆ ਮਿਸ ਇਸ ਦੇ ਉਹਨਾਂ ਨੇ ਕਈ ਵਾਰ ਆਪਾਂ ਵੇਖਦਿਆਂ ਕਿ ਯੂ نو ਆਪ ਪਿੱਛੇ ਜੇ ਆਪਾਂ ਵੇਖਿਆ ਵੀ ਕਿੰਨੇ ਲੋਕਾਂ ਨੂੰ ਕੋਈ ਟੈਕ ਕੰਪਨੀ ਸੀ ਕਿੰਨੇ ਲੋਕਾਂ ਨੂੰ ਫਾਇਰ ਕਰਤਾ ਉਹਨਾਂ ਨੇ ਯੂ نو ਰਾਤ ਨੂੰ ਆਰਾਮ ਨਾ ਬੈ ਪਏ ਵੀ ਮੇਰੇ ਕੋ ਸਾਡੇ ਕੋਲ ਜੌਬ ਆ ਮਾਰਨਿੰਗ ਦੇ ਵਿੱਚ ਉਹਨਾਂ ਨੂੰ ਨਿਊਜ਼ ਆ ਕਿ ਇਹ ਬਿਗ ਸਟ੍ਰੈਸ ਆ ਤੁਸੀਂ ਫਾਇਰ ਹੋ ਗਏ ਫੇਰ ਕੀ ਐਂਡ ਐਮ ਤੁਸੀਂ ਦੇਖੋ ਕਿ ਕਿੰਨੀ ਸਟ੍ਰੈਸਫੁਲ ਆ ਯੂ نو ਐਂਡ ਇੱਕ ਕਿੰਨਾ ਇਨਸਿਕਿਉਰਟੀ ਬਣਾ ਦਿੰਦੀ ਕਿ ਸੋਸਾਇਟੀ ਦੇ ਵਿੱਚ ਯੂ نو ਐਂਡ ਉਸੇ ਇਨਸਿਕਿਉਰਟੀ ਦੇ ਬੱਚੇ ਪਾਲ ਰਹੇ ਨੇ ਕਿ ਸਾਨੂੰ ਪਤਾ ਨਹੀਂ ਅੱਜ ਸਾਡੇ ਕੋਲ ਜੌਬ ਹੈਗੀ ਕੱਲ ਨੂੰ ਸ਼ਾਇਦ ਨਾ ਹੋਵੇ ਰਾਈਟ ਸੋ ਮੈਂ ਨਹੀਂ ਕਹ ਰਹੀ ਕਿ ਆਪਾਂ ਵੱਡੇ ਲੈਵਲ ਤੇ ਪਰ ਆਪਾਂ ਨੂੰ ਇੱਕ ਸੋਸਾਇਟੀ ਪ੍ਰੋਬਲਮ ਨੂੰ ਐਡਰੈਸ ਕਰਨਾ ਪੈਣਾ ਵੀ ਇੱਕ ਸੋਸਾਇਟੀ ਪ੍ਰੋਬਲਮ ਆ ਐਂਡ ਇੱਕ ਆਪਾਂ ਹਾਈਪਰ ਇੰਡੀਪੈਂਡੈਂਟ ਬਣਾਤੀ ਹੈ ਸੋਸਾਇਟੀ ਮੀ ਮਾਈ ਸੈਲਫ ਮੈਂ ਸਾਰਾ ਕੁਝ ਆਪੇ ਕਰ ਲੂ ਮੈਂ ਸਾਰਾ ਕੁਝ ਆਪੇ ਕਰ ਲੂ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਆਪੇ ਕਰ ਲੂ ਦੈਟਸ ਆਲਸੋ ਐਡਿੰਗ ਟੂ ਬਿਕਾਜ਼ ਬੱਚਾ ਪਾਲਣਾ ਇੱਕ ਬੰਦੇ ਦਾ ਕੰਮ ਹੀ ਹੈ ਨਹੀਂ ਨਹੀਂ ਜੇ ਦਿਮਾਗ ਦਾ ਹਿੱਸਾ ਕੋਈ ਵਿਕਸਿਤ ਨਹੀਂ ਹੋ ਰਿਹਾ ਫਿਰ ਤਾਂ ਉਹ ਨਿਊਰੋਲੋਜੀਕਲ ਡਿਜ਼ੀਜ਼ ਆ ਨਾ ਕਿ ਕੋਈ ਡਿਸਆਰਡਰ ਹੈ ਜਿਸ ਨੂੰ ਤੁਸੀਂ ਦੱਸ ਰਹੇ ਹੋ ਮਿਸ ਸਟੈਂਡ ਸਾਡਾ ਦਿਮਾਗ ਦਾ ਸਾਡਾ ਪ੍ਰੀਫਰੰਟਲ ਕੋਰਟੈਕਸ ਸਾਡੇ ਦਿਮਾਗ ਦੀ ਡਿਵੈਲਪਮੈਂਟ ਰਿਸ਼ਤਿਆਂ ਚ ਹੁੰਦੀ ਆ ਜਦੋਂ ਇੱਕ ਬੱਚਾ ਸੇਫ ਫੀਲ ਕਰਦਾ ਉਹਦਾ ਦਿਮਾਗ ਕੁਦਰਤੀ ਤੌਰ ਤੇ ਜਿਹੜੇ ਸਰਕਟਸ ਬੰਦੇ ਆ ਉਹ ਨੇਚਰਲੀ ਡਿਵੈਲਪ ਹੋਣਗੇ ਪਰ ਉਹ ਸਟ्रेस ਚ ਨਹੀਂ ਹੁੰਦੇਗੇ ਹਮਮ ਐਂਡ ਜਿੱਥੇ ਐਂਡ ਅੱਜ ਮੈਂ ਅਜਿਕੇ ਬੱਚੇ ਹੁਣ ਪਾਲ ਸਕਰੀਨਾਂ ਕੋਲ ਕਰ ਰਹੇ ਆ ਜਿੱਥੇ ਉਹਨਾਂ ਨੂੰ ਹਿਊਮਨ ਕਨੈਕਸ਼ਨ ਚਾਹੀਦਾ ਸੀ ਉਹਨਾਂ ਦੇ ਬ੍ਰੇਨ ਨੂੰ ਪਾਲਣ ਲਈ ਵਾਸਤੇ ਅੱਜ ਉਹਨਾਂ ਨੂੰ ਸਕਰੀਨ ਪਾਲ ਰਹੇ ਆ ਪਰ ਫਿਰ ਵੀ ਉਹ ਕਾਮਯਾਬ ਹੋ ਰਹੇ ਆ ਠੀਕ ਕੰਮ ਕਰ ਰਹੇ ਆ ਜਿਹੜੇ ਬੱਚੇ ਸਕਰੀਨਾਂ ਤੇ ਪੜ੍ਹਦੇ ਆ ਜਿਹੜਾ 22 24 ਸਾਲ ਦਾ ਮੁੰਡਾ ਕੁੜੀ ਆ ਡਾਕਟਰ ਬਣੇ ਹੋਏ ਨੇ ਲਾਇਕ ਨੇ ਬੱਚੇ ਇੰਜੀਨੀਅਰ ਬਣੇ ਹੋਏ ਨੇ ਹਮਮ ਔਰ ਬੜੇ ਸ਼ਾਰਪ ਨੇ ਬੜੇ ਬੜੇ ਕਮਿਊਨੀਕੇਟਰ ਨੇ ਨੁਕਸਤਾ ਹੈ ਨਹੀਂ ਕੋਈ ਉਨ੍ਹਾਂ ਚ ਸੋ ਦੇ ਆਪਾਂ ਉਸ ਚੀਜ਼ ਹਾਂ ਆਪੋ ਉਸ ਚੀਜ਼ ਤੇ ਕਿਸੇ ਨੂੰ ਜੱਜ ਕਰ ਵੀ ਨਹੀਂ ਰਹੇਗੇ ਐਣੀ ਵੇਖਣਾ ਪੈਣਾ ADHD ਦਾ ਮਤਲਬ ਹੈ ਡਾਕਟਰਾਂ ਨੂੰ ਹੀ ADHD ਹੋ ਸਕਦੀ ਹੈ ਮੈਂ ਹਾਂ ਮੈਂ ਇੱਕ ਪੇਸ਼ੈਂਟ ਨਾਲ ਡੀਲ ਕੀਤਾ ਡਾਕਟਰ ਸੀ ਉਹਨੂੰ ਲਈ ADHD ਹੈ। ਰਾਈਟ? ਸੋ ਇੰਜੀਨੀਅਰਜ਼ ਆ ਸਾਈਕੋਸਿਸ ਹੋ ਸਕਦਾ ਉਹਨਾਂ ਨੂੰ। ਐਂਡ ਕੀ ਅਸੀਂ ਕਰਦੇ ਹਾਂ ਡੀਲ ਉਹਨਾਂ ਨਾਲ? ਯੂ نو ਡੈਂਟਿਸਟਸ ਨੂੰ ਡਿਪਰੈਸ਼ਨ ਵੀ ਹੋ ਸਕਦਾਗਾ। ਸੋ ਪਰ ਮੈਂ ਆਪਾਂ ਉਹ ਇੱਕ ਟਾਈਟਲ ਦੇ ਹਿਸਾਬ ਨਾਲ ਆਪਾਂ ਜੱਜ ਨਹੀਂ ਕਰ ਰਹੇ। ਮੈਂ ਨਹੀਂ ਕਹਿੰਦੀ ਵੀ ਸਾਰੇ ਡੈਂਟਿਸਟਸ ਨੂੰ ਡਿਪਰੈਸ਼ਨ ਹੁੰਦਾ ਹੈ। ADHD ਇੱਕ ਨਿਊਰੋਲੋਜੀਕਲ ਡਿਸਆਰਡਰ ਆ ਜਾਂ ਤੁਸੀਂ ਸਮਝੋ ਕਿ ਇਹ ਇੱਕ ਕਿਸਮ ਦੀ ਡੈਫੀਸ਼ੈਂਸੀ ਆ, ਸਿੰਡਰਮ ਆ ਕਿਸੇ ਕਿਸਮ ਦਾ। ਫਿਰ ਐਡਲਟਸ ਨੂੰ ਜਦੋਂ ਹੁੰਦਾ ਤਾਂ ਉਹਦੇ ਕੀ ਸਿੰਪਟਮ ਹੁੰਦੇ ਸੋ ਉਹਨਾਂ ਦੇ ਵੀ ਸੇਮ ਹੀ ਹੁੰਦੇ ਆ ਕਿ ਇੰਪ পালਸ ਕੰਟਰੋਲ ਫੋਰ ਐਗਜ਼ਾਮਪਲ ਸ਼ੋਪਿੰਗ ਗਏ ਆ ਚੀਜ਼ ਦੇਖੀ ਆ ਰਹਿ ਨਹੀਂ ਹੋਇਆ ਅੱਛਾ ਜਦ ਇਹ ਬਾਈ ਕਰਨੀ ਆ ਸ਼ੋਪਿੰਗ ਐਡਿਕਸ਼ਨ ਹੋ ਸਕਦੀ ਐਡਿਕਸ਼ਨ ਯਾ ਸ਼ੋਪਿੰਗ ਐਡਿਕਸ਼ਨ ਹੋ ਸਕਦੀ ਐਡਿਕਸ਼ਨ ਦਾ ਸ਼ੋਪਿੰਗ ਐਡਿਕਸ਼ਨ ਦਾ ਕੀ ਮਤਲਬ ਆ ਚੀਜ਼ ਦੇਖੀ ਆ ਲੋੜ ਤਾਂ ਹੈ ਨਹੀਂ ਮੈਨੂੰ ਮੈਂ ਸੋਚਿਆ ਵੀ ਮੈਨੂੰ ਰੀਲੀ ਲੋੜ ਹੈ ਇਸ ਚੀਜ਼ ਦੀ ਤੇ ਮੈਂ ਇੰਪਲਸ ਕੰਟਰੋਲ ਹੁਣ ਆਪਾਂ ਜਾਣਦੇ ਹਾਂ ਸਟੋਰ ਦੇ ਵਿੱਚ ਜੀ ਕਰਦਾ ਹਰ ਚੀਜ਼ ਖਰੀਦੀ ਪਰ ਆਪਾਂ ਸਾਰੀ ਚੀਜ਼ ਹੀ ਖਰੀਦਦੇ ਨਹੀਂਗੇ ਕਿਉਂਕਿ ਆਪਣੇ ਕੋਲ ਇੰਪਲਸ ਕੰਟਰੋਲ ਆ ਇੰਪਲਸ ਤਾਂ ਹੁਣ ਖਾਣ ਲਈ ਵੀ ਬਾਹਰ ਵੇਖੀਦਾ ਤੇ ਜੀ ਕਰਦਾ ਬਹੁਤ ਚੀਜ਼ਾਂ ਖਾਈ ਜਿਨ੍ਹਾਂ ਨੂੰ ADHD ਦਾ ਕੋਈ ਡਿਸਆਰਡਰ ਆ ਉਹ ਫਿਰ ਇੱਕਦਮ ਖਰੀਦ ਲੈਣਗੇ ਖਰੀਦ ਲੈਣਗੇ ਐਂ ਕੋਈ ਵੀ ਚੀਜ਼ ਦੀ ਐਡਿਕਸ਼ਨ ਹੋ ਸਕਦੀ ਫੂਡ ਦੀ ਹੋ ਸਕਦੀ ਆ ਰਾਈਟ ਉਹਨਾਂ ਤੋਂ ਰਿਹਾ ਨਹੀਂ ਜਾਂਦਾਗਾ ਸੋ ਬੇਸਿਕਲੀ ਇੰਪਲਸ ਇੰਪਲਸਿਵਿਟੀ ਸਾਡੇ ਸਾਰਿਆਂ ਚੋਂਦੀ ਆ ਯੂ نو ਜੇ ਕੋਈ ਸਾਨੂੰ ਕੋਈ ਕੋਈ ਉੱਚੀ ਬੋਲਦਾ ਜਾਂ ਕਰਦਾ ਸਾਡਾ ਜੀ ਕਰਦਾ ਕਿ ਕਿਸੇ ਦਾ ਜੀ ਕਰਦਾ ਮੈਂ ਥੱਪੜ ਮਾਰਾਂ ਪਰ ਸਾਡੇ ਚ ਇੰਪਲਸ ਰੈਗੂਲੇਸ਼ਨ ਆ ਕਿ ਅਸੀਂ ਸਾਡਾ ਇੰਪਲਸਿਵਿਟੀ ਆਉਂਦੀ ਆ ਪਰ ਉਹਦੇ ਬਾਅਦ ਅਸੀਂ ਸੋਚਦੇ ਆ ਸਾਡਾ ਪ੍ਰੀਫਰੰਟਲ ਕੋਰਟੈਕਸ ਕੰਮ ਕਰਨ ਲੱਗ ਜਾਂਦਾ ਫਿਰ ਨਹੀਂ ਤੂੰ ਇਹਦੇ ਮਾਰਿਆ ਤੂੰ ਪ੍ਰੋਬਲਮ ਚ ਆਏਂਗਾ ਤੈਨੂੰ ਕਨਸੀਕਵੈਂਸਸ ਆਉਣਗੀਆਂ ਰਹਿਣ ਦੇ ਤੂੰ ਰਹਿਣ ਦੇ ਇਹ ਹੈਗਾ ਇੰਪਲਸ ਰੈਗੂਲੇਸ਼ਨ ਮੈਨੂੰ ਹੁਣ ਉਹ ਪ੍ਰੀਫਰੰਟਲ ਕੋਰਟੈਕਸ ਕੰਮ ਕਰੂਗਾ ਤਾਂ ਆਊਗਾ ਨਾ ਜੇ ਨਹੀਂ ਕੰਮ ਕਰਦਾ ਉਹ ਮਾਰ ਪੀ ਜਾਂਦਾ ਉਹ। ਯਾ ਐਂਡ ਏਦਾਂ ਜਿਵੇਂ ਹੁਣ ਤੁਸੀਂ ਸ਼ਾਪਿੰਗ ਦੇ ਤੇ ਜਾਂਦੇ ਆ ਤੇ ਤੁਹਾਡਾ ਜੀ ਕਰਦਾ ਵੀ ਆਹ ਲੈਣੀ ਲੈਣੀ ਆ ਮੈਂ ਤੇ ਕਈ ਵਾਰ ਲੋਕੀ ਤਾਂ ਆਪਣੇ ਬੈਂਕ ਅਕਾਊਂਟ 'ਚ ਦੇਖਦੇ ਵੀ ਨਹੀਂਗੇ ਮੈਂ ਵੀ ਕੰਮ ਕੀਤਾ ਕਾਫੀ ਲੋਕਾਂ ਨਾਲ ਕਿ ਸਾਡੇ ਕੋਲ ਪੈਸੇ ਹੈਗੇ ਆ। ਇੰਪਲਸ ਕੰਟਰੋਲ ਨਹੀਂ ਹੁੰਦਾ ਤੇ ਉਹਨਾਂ ਤੋਂ ਕ੍ਰੈਡਿਟ ਕਾਰਡ ਤੇ ਚੱਕੀ ਜਾਂਦੀ ਚੀਜ਼। ਰਾਈਟ ਸੋ ਇੰਪਲਸ ਕੰਟਰੋਲ ਮਤਲਬ ਇਹ ਚੀਜ਼ ਮੈਂ ਚਾਉਣੀ ਆ ਪਰ ਫਿਰ ਪ੍ਰੀਫਰੰਟਲ ਕੋਰਟੈਕਸ ਲੱਗਦਾ ਨਾ ਚਾਉਣੀ ਤਾਂ ਦੁਹਾ ਹੈ। ਇਹ ਚਾਹਨਾ ਪਰ ਤੂੰ ਲੈ ਨਹੀਂ ਸਕਦਾ ਬਿਕਾਜ਼ ਤੇਰੇ ਕੋਲ ਰਾਈਟ ਨਾਓ ਫਾਈਨਾਂਸ ਨਹੀਂ ਹੈਗੀ ਇਸ ਚੀਜ਼ ਵਾਸਤੇ ਇਹ ਹੈ ਗੇ ਇੰਪਲਸ ਕੰਟਰੋਲ ਪਰ ਇਹਦੇ ਸਾਹਮਣੇ ਤਾਂ ਕੋਈ ਬਰਾਬਰ ਆਪਾਂ ਵੇਖੀ ਕਈ ਚੀਜ਼ਾਂ ਲਈ ਆਪਣੇ ਕੋਲ ਹੈ ਹੀ ਨਹੀਂ ਇੰਪਲਸ ਕੰਟਰੋਲ ਖਾਣੇ ਲਈ ਹੈ ਨਹੀਂ ਆਣੇ ਲਈ ਰਿਸ਼ਤੇ ਛੇ ਨਹੀਂ ਹੋਰ ਬਹੁਤ ਗੱਲਾਂ ਹੈ ਹਾਂ ਖਾਂ ਖਾ ਰਿਸ਼ਤੇ ਨਾਲ ਐਗਜ਼ੈਕਟਲੀ ਜਿੱਥੋਂ ਕਈ ਵਾਰ ਰਿਸ਼ਤੇ ਜੇ ਤੁਹਾਨੂੰ ਦੁੱਖ ਫੀਲ ਹੋਈ ਜਾਂਦਾ ਵਾ ਤੁਹਾਡੀ ਇੰਪਲਸਿਵਿਟੀ ਆ ਵੀ ਨਹੀਂ ਕੋਈ ਨ ਇੱਕ ਵਾਰੀ ਫੇਰ ਟ੍ਰਾਈ ਕਰ ਲੈਨੇ ਕੋਈ ਵਾਰੀ ਫੇਰ ਟ੍ਰਾਈ ਕਰਨਾ ਹਾਲੇ ਕਿ ਜੇ ਪ੍ਰੀਫਰੰਟਲ ਕੋਰਟੈਕਸ ਆਨਲਾਈਨ ਆ ਜਾਈਏ ਤੁਹਾਡਾ ਤੇ ਉਹ ਕਹਵੇ ਕਿ ਲਾਸਟ ਟਾਈਮ ਤੈਨੂੰ ਦੁੱਖ ਮਿਲਿਆ ਸੀ ਲਾਸਟ ਟਾਈਮ ਇਸ ਬੰਦੇ ਨੇ ਤੇਰੀ ਕਦਰ ਨਹੀਂ ਸੀ ਕੀਤੀ ਲਾਸਟ ਟਾਈਮ ਇਸ ਇਨਸਾਨ ਨੇ ਤੈਨੂੰ ਟ੍ਰੀਟ ਗੁੱਡ ਨਹੀਂ ਸੀ ਕੀਤਾ ਪਰ ਉਹ ਪ੍ਰੀਫਰੰਟਲ ਕੋਰਟੈਕਸ ਆਨਲਾਈਨ ਆ ਨਹੀਂ ਰਿਹਾਗਾ ਉਹ ਆਫਲਾਈਨ ਬੈਠਾ राइट right? so, सो ਅਸੀਂ ਇੱਥੇ ਦੇਖਣਾ ਵਾ ਕਿ ਇੱਕ ਇਹਨੂੰ ਇੱਕ ਯੂ ਨੋ ਜਦੋਂ ਆਪਾਂ ਅਕਵੇਰ ਮੈਂ ਵੀ ਸੋਚਦੀ ਮੈਂ ਸਕੂਲ ਜਾਂ ਡਾਕਟਰ ਜਾਂ ਕੋਈ ਵੀ ਤੁਹਾਨੂੰ ਇਹ ਕਹਿ ਦਿੰਦੇ ADHD ਅਸੀਂ ਕਹਿ ਦਿੰਨੇ ਸਾਰੀ ਉਮਰ ਨਹੀਂ ਇਹਨੂੰ ਤਾਂ ADHD ADHD ਅਸੀਂ ਲੇਬਲ ਲਾ ਦਿੰਨੇ ਆ ਪਰ ਉਹਨੂੰ ਲੇਬਲ ਨਾ ਸਮਝੋ ਇਹ ਠੀਕ ਹੋ ਸਕਦਾ ਏਵੇਂ ਜੇ ਤੁਹਾਨੂੰ ਕੋਈ ਕਹਿ ਦੇਵੇ ਇਹਨੂੰ ਡਾਇਬੀਟਿਸ ਆ ਤੁਸੀਂ ਐ ਤਾਂ ਨਹੀਂ ਵੀ ਤੁਸੀਂ ਡਾਇਬੀਟਿਕ ਬਣ ਗਏ ਆ ਤੁਸੀਂ ਉਹਦੇ ਲਈ ਤੁਸੀਂ ਡਾਇਬੀਟਿਕ ਫ੍ਰੀ ਵੀ ਹੋ ਸਕਦੇ ਹੋ राइट ਜੇ ਤੁਸੀਂ এনवायरमेंट ਲਾਈਫ ਸਟਾਈਲ ਤੇ ਵਰਕ ਕਰੋ ਤੁਸੀਂ ਉਹ ਚੀਜ਼ਾਂ ਤੋਂ ਫ੍ਰੀ ਵੀ ਹੋ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਆ ਮੈਨੇਜ ਹੋ ਸਕਦਾ ਵਾ ਉਹ ਜੀ ਹਾਂ ਸੈਂਸਿਟੀਵਿਟੀ ਤੁਹਾਡੀ ਹੋ ਸਕਦੀ ਆ ਪਰ ਉਹ ਸੈਂਸਿਟੀਵਿਟੀ ਨੂੰ এনवायरमेंट ਨਾਲ ਤੁਸੀਂ ਕਿਵੇਂ ਇੰਟਰੈਕਟ ਕਰਦੇ ਹੁਣ ਤੁਹਾਡੇ ਕੋਲ 슈ਗਰ ਦੀ ਸੈਂਸਿਟੀਵਿਟੀ ਵੀ ਆ ਬਾਹਰ ਵੀ ਤੁਸੀਂ ਗਲਾਬ ਜੰਮਣਾ ਖਾ ਰਹੇ ਹੋ ਬਲਵਿੰਦਰ ਜੀ ਮੈਨੂੰ ਦੱਸੋ ਮੈਨੂੰ ਵੀ ਜਿਹੜੀਆਂ ਅਨ ਹੈਲਥੀ ਕੰਡੀਸ਼ਨਸ ਨੇ ਕਿਹੜੀਆਂ ਕਿਹੜੀਆਂ ਨੇ ਜਿਹਦੇ ਨਾਲ ਬ੍ਰੇਨ ਦੇ ਉਸ ਹਿੱਸੇ ਦੀ ਡਿਵੈਲਪਮੈਂਟ ਨਹੀਂ ਹੁੰਦੀ ਜਦੋਂ ਤੁਸੀਂ ਸਮਝੋ ਕਿ ਇੰਪਲਸਿਵ ਬਿਹੇਵੀਅਰ ਕੰਟਰੋਲ ਨਹੀਂ ਕਰ ਸਕਦਾ। ਹਮਮ। ਐਂਡ ਮੈਨਸ ਟਿੰਗ ਉਹ ਤੋਂ ਪਹਿਲਾਂ ਆਪਾਂ ਜੇ ਇੱਕ ਐਗਜ਼ਾਮਪਲ ਦਾ ਵੀ ਲੈ ਲਈਏ ਤੁਸੀਂ ਦੇਖੋ ਕਿ ਜਿਵੇਂ ਛੋਟਾ ਬੇਬੀ ਹੁੰਦਾ ਨਾ ਇੱਕ ਦਿਨ ਦਾ ਉਹਦਾ ਬਲੈਡਰ ਤੇ ਕੋਈ ਕੰਟਰੋਲ ਨਹੀਂ ਹੁੰਦਾ। ਹਮਮ। ਉਹਨੂੰ ਮਾਸਿਮ ਹੁੰਦਾ ਉਹਦਾ ਕੋਈ ਨਹੀਂ ਹੁੰਦਾ। ਪਰ ਹੌਲੀ-ਹੌਲੀ ਉਹਦਾ ਕੰਟਰੋਲ ਬਣ ਜਾਂਦਾ ਬਲੈਡਰ ਦਾ ਕਿਉਂਕਿ ਨਰਵਸ ਸਿਸਟਮ ਡਿਵੈਲਪ ਹੁੰਦਾ ਵਾ। ਹਮ। ਯੂ نو ਐਂਡ ਹੌਲੀ-ਹੌਲੀ ਉਹ ਕੰਟਰੋਲ ਕਰਨ ਲੱਗ ਜਾਂਦਾ ਹੌਲੀ-ਹੌਲੀ ਉਹ ਦਸਣ ਲੱਗ ਜਾਂਦਾ ਹੈਗਾ। ਬਲੈਡਰ ਟ੍ਰੇਨਿੰਗ ਹੋ ਜਾਂਦੀ ਉਹਦੀ। ਐਗਜ਼ੈਕਟ ਕੋਈ ਵੀ ਇਨਸਾਨ ਅਸੀਂ ਕੰਟਰੋਲ ਨਾਲ ਪੈਦਾ ਨਹੀਂ ਹੁੰਦੇ ਹਮ ਅਸੀਂ ਐਜ਼ ਅ ਰਿਜ਼ਲਟ ਐਜ਼ ਅ ਪਰਵਿਸ਼ ਦੇ ਰਿਜ਼ਲਟ ਦੇ ਨਾਲ ਅਸੀਂ ਲਰਨ ਕਰਦੇ ਕਿਉਂਕਿ ਸਾਡਾ ਨਰਵਸ ਸਿਸਟਮ ਡਿਵੈਲਪ ਹੁੰਦਾ ਰਾਈਟ ਸੋ ਇਥੇ ਜੀ ਕੀ ਦੇਖਣਾਗਾ ਕਿ ਜਿਹੜੇ ਸਾਡੇ ਇੱਕ ਡਿਸਆਰਡਰ ਇਹ ਨਹੀਂ ਕਿ ਜੇ ਕਿਸੇ ਨੇ ਤੁਹਾਨੂੰ ਲਾਤਾ ਥੱਪਾ ਤੇ ਇਹ ਇੱਕ ਡਿਵੈਲਪਮੈਂਟਲ ਡਿਸਆਰਡਰ ਆ ਮਤਲਬ ਜਿਵੇਂ ਤੁਸੀਂ ਕਿਹਾ ਕਿ ਇੱਕ ਪ੍ਰੀ ਫਰੰਟਲ ਕੋਰਟੈਕ ਜਿਹੜਾ ਸਾਡੇ ਮੂਰਲਾ ਵੱਡ ਸਿਆਣਾ ਦਿਮਾਗ ਆ ਸੀ ਜਿਵੇਂ ਕਹਿ ਦਿੰਨੇ ਆ ਇੰਗਲਿਸ਼ ਦੇ ਵਿੱਚ ਵਾਈਸ ਬ੍ਰੇਨ ਕਹਿ ਦਿੰਨੇ ਆ ਉਹਨੇ ਡਿਵੈਲਪ ਹੋਣਾ ਸੀ ਉਹ ਡਿਵੈਲਪ ਨਹੀਂ ਹੋ ਸਕਿਆ ਕਿਉਂ ਕਿ ਕਿਉਂਕਿ ਜਿਹੜੀਆਂ ਕੰਡੀਸ਼ਨਸ ਸੀਗੀਆਂ ਜਿਸ এনवायरमेंट ਦੇ ਵਿੱਚ ਬੱਚਾ ਪਲ ਰਿਹਾ ਸੀਗਾ ਉਹ ਕੰਡੀਸ਼ਨ ਆਪਟੀਮਮ ਨਹੀਂ ਸੀਗੀਆਂ ਰਾਈਟ ਸੋ ਫੋਰ ਐਗਜ਼ਾਮਪਲ ਇੱਕ ਜਿਵੇਂ ਆਪਾਂ ਪੌਦਾ ਲਾ ਦਈਏ ਯੂ نو ਇੱਕ ਆਪਾਂ ਪੌਦਾ ਲਾ ਲਈਏ ਤੇ ਪਲੈਂਟ ਉਹ ਖਰਾਬ ਹੋ ਜੇ ਤੇ ਮਾਲੀ ਜਾਂ ਕਦੇ ਗਾਰਡਨਰ ਐ ਕਹਿੰਦਾ ਵੀ ਪੌਦੇ ਜੋ ਕਿਹੜੀ ਚੀਜ਼ ਨੂੰ ਵੇਖਦਾ ਉਹ এনवायरमेंट ਨੂੰ ਵੇਖਦਾ ਹੂੰ ਹੂੰ ਉਸੇ ਚੀਜ਼ ਨੂੰ ਵੇਖਦਾ ਨਾ ਵੀ ਨੈਕਸਟ ਟਾਈਮ ਮੈਂ ਇਹੀ ਪਲਾਂਟ ਲਾਵਾਂ ਤੇ ਇਹ ਇਹ ਵਧੇ ਫੁੱਲੇ ਤੇ ਇਹ ਫਲ ਦਵੇ ਤੇ ਚੱਕ ਕੇ ਸ਼ਾਮੇ ਰੱਖ ਦੇਗਾ ਸੋ এনवायरमेंट ਸੋ ਜੇ ਸਾਡੇ ਬੱਚੇ 'ਚ ਇਹ ਚੀਜ਼ ਡਿਵੈਲਪ ਨਹੀਂ ਹੋ ਸਕੀ ਅਸੀਂ ਵੀ ਇਹਦਾ এনवायरमेंट ਵੇਖਣਾ ਵਾ ਹੂੰ ਹੂੰ ਵੀ এনवायरमेंट ਕੀ ਸੀ ਐਂਡ ਮਿਸਟਰ ਥਿੰਡ ਗੁੱਡ ਨਿਊਜ਼ ਏ ਆ ਕਿ ਜੇ ਸਟ੍ਰੈਸਫੁੱਲ এনवायरमेंट ਬੱਚੇ ਦੀ ਡਿਵੈਲਪਮੈਂਟ ਨੂੰ ਆ ਸਲੋ ਕਰ ਸਕਦਾ ਤੇ ਚੰਗਾ এনवायरमेंट ਬੱਚੇ ਦੀ ਡਿਵੈਲਪਮੈਂਟ ਨੂੰ ਫਾਸਟ ਵੀ ਕਰ ਸਕਦਾ ਅੱਛਾ ਕਿਸੇ ਵੀ ਏਜ ਦੇ ਵਿੱਚ ਇੱਕ ਚੰਗਾ এনवायरमेंट ਤੁਹਾਡੇ ਦਿਮਾਗ ਦੀ ਸ਼ਕਤੀ ਨੂੰ ਵਧਾ ਵੀ ਸਕਦਾ ਹੈ राइट सो फॉर एग्जांपल ਜਿਹੜੀਆਂ ਸੁਸਾਇਟੀ ਦੇ ਵਿੱਚ ਐ ਜਿਵੇਂ ਮੈਂ ਪਹਿਲਾਂ ਵੀ ਕਿੰਨੇ ਵੀ ਇੱਕ ਘਰ ਦਾ ਨਹੀਂ ਇੱਕ ਪ੍ਰੋਪਰ ਸੁਸਾਇਟੀ ਕੈਜ਼ ਆ ਇੱਕ ਜੇ ਤੁਹਾਡੇ ਬੱਚਾ ਨਹੀਂ ਵੀ ADHD ਦਾ ਡਾਇਗਨੋਸ ਹੈਗਾ ਨਾ ਤੁਸੀਂ ਫਿਰ ਵੀ ਕੰਟ੍ਰਿਬਿਊਟ ਕਰ ਸਕਦੇ ਹੋ ਸੁਸਾਇਟੀ ਨੂੰ ਕਿ ਸਾਡੇ ਸੁਸਾਇਟੀ ਚ ਇਹ ਡਿਵੈਲਪਮੈਂਟਲ ਪ੍ਰੋਪਰ ਹੋਵੇ ਕਿਉਂਕਿ ਐਜ਼ ਅ ਸੁਸਾਇਟੀ ਅਸੀਂ ਇਹ ਸਟੈਪ ਲੈਣਾ ਵਾ ਫਾਰ एग्जांपल ਜਿਹੜੇ ਜਿਹੜੀਆਂ ਕੰਡੀਸ਼ਨਸ ਸੁਸਾਇਟੀ ਦੇ ਵਿੱਚ ਜਿਹੜੀਆਂ ਸਟ्रेसਫੁਲ ਬਣਾ ਦਿੰਦੀਆਂ ਪੈਰੈਂਟਿੰਗ ਜਿਵੇਂ ਤੁਸੀਂ ਦੇਖੋ ਕਿ ਫਾਈਨੈਂਸ਼ੀਅਲ ਪ੍ਰੈਸ਼ਰ ਬੱਚਿਆਂ ਤੇ ਹੁੰਦਾ ਆ ਮਾਂ-ਬਾਪ ਤੇ ਹੁੰਦਾ। ਐਂਡ ਅਕਸਰ ਆਈ ਥਿੰਕ ਜਦੋਂ ਬੱਚੇ ਛੋਟੇ ਹੁੰਦੇ ਉਦੋਂ ਫਾਈਨੈਂਸ਼ੀਅਲ ਪ੍ਰੈਸ਼ਰ ਬੱਚਿਆਂ ਮਾਂ-ਬਾਪ ਤੇ ਜ਼ਿਆਦਾ ਹੁੰਦਾ। ਜਦੋਂ ਵੱਡੇ ਹੋ ਜਾਂਦੇ ਉਦੋਂ ਪੈਸਾ ਵੀ ਆ ਜਾਂਦਾ। ਉਸ ਤੋਂ ਫਾਈਨੈਂਸ਼ੀਅਲ ਪ੍ਰੈਸ਼ਰ ਮਿਲਦਾ ਰਹਿੰਦਾ ਵੀ ਥੋੜਾ ਘੱਟ ਹੁੰਦਾ। ਪਰ ਜਦੋਂ ਬਹੁਤ ਛੋਟੇ ਹੁੰਦੇ ਨਾ ਵਨਰੇਬਲ ਉਦੋਂ ਮਾਂ-ਬਾਪ ਤੇ ਵੀ ਫਾਈਨੈਂਸ਼ੀਅਲ ਪ੍ਰੈਸ਼ਰ ਘਰ ਦੀ ਮਾਰਗੇਜ ਜਦ ਤੱਕ ਉਹ ਵੱਡੇ ਹੁੰਦੇ ਮਾਰਗੇਜ ਵੀ ਫ੍ਰੀ ਹੋ ਜਾਂਦੀ ਆ। ਸਮਝਦੇ? ਸੋ ਉਹ ਇੱਕ ਬਹੁਤ ਵੱਡਾ ਫੈਕਟਰ ਆ। ਰਾਈਟ ਕਿ ਫਾਈਨੈਂਸ਼ੀਅਲ ਪ੍ਰੈਸ਼ਰ ਮਾਪੇ ਤੇ ਹੋਣਾ ਉਹਦਾ ਡਾਇਰੈਕਟ ਇੰਪੈਕਟ ਪੈਂਦਾ ਬੱਚੇ ਤੇ ਯੂ ਨੋ ਫਿਰ ਅੱਜ ਪੇਰੈਂਟਸ ਆਫਟਨ ਡਿਸਟਰੈਕਟਡ ਆ ਫੋਨ ਨਾਲ ਯੂ ਨੋ ਐਂਡ ਜਿਹੜਾ ਫੋਨ ਤੇ ਤੁਸੀਂ ਟਾਈਮ ਆ ਉਹ ਟਾਈਮ ਤੁਹਾਡਾ ਆਪਦੇ ਬੱਚੇ ਤੋਂ ਦੂਰ ਆ ਐਂਡ ਮੈਂ ਸਮਝਦੀ ਹਾਂ ਮੈਂ ਆਪ ਇੱਕ ਪੇਰੈਂਟ ਆ ਇਹ ਬਹੁਤ ਔਖਾ ਕਰਨਾ ਕਿਉਂਕਿ ਸੀ ਨੇ ਯੂਜ਼ ਟੂ ਹੋ ਉਹਨੇ ਬੱਚੇ ਤੋਂ ਪਹਿਲਾਂ ਫੋਨ ਯੂਜ਼ ਕਰਦੇ ਮੇਟਾ ਗੋਦੀ ਚੰਦਾ ਤੁਹਾਨੂੰ ਕੁਝ ਕਹਿ ਰਿਹਾ ਤੁਸੀਂ ਫੋਨ ਤੇ ਲੱਗੇ ਹੋ ਫੋਨ ਤੇ ਲੱਗੇ ਰਹਿਣੇ ਆ ਸੋ ਫੋਨ ਇੱਕ ਹੀ ਜਿਹੜਾ ਡਿਸਟਰੈਕਸ਼ਨ ਆ ਇੱਕ এনवायरमेंट ਦੇ ਵਿੱਚ ਹੋਰ ਸਟ्रेस ਪੈਦਾ ਕਰਦਾ ਵਾ ਇੱਕ ਡਿਸਕਨੈਕਟਿਡ ਕਮਿਊਨਿਟੀਜ਼ ਦਾ ਮਤਲਬ ਇਸੇ ਥੇਨ ਮੈਨੂੰ ਲੱਗਦਾ ਕਿ ਅੱਜ ਆਪਾਂ ਜਿਵੇਂ ਆਪਾਂ ਨੇਬਰਸ ਵੀ ਰਹਿੰਦੇ ਆ ਨਾ ਉਹ ਡਿਸਕਨੈਕਟਿਡ ਆ ਤੇ ਕਈ ਵਾਰ ਤਾਂ ਐਂਬੂਲੈਂਸ ਆਉਂਦੀ ਆ ਨੇਬਰ ਤੇ ਤੇ ਪਤਾ ਨਹੀਂ ਹੁੰਦਾ ਵੀ ਕੀ ਹੋ ਗਿਆ ਇੱਕੋ ਦਮ ਤੇ ਉਹਨਾਂ ਦਾ ਬੰਦਾ ਕਿੰਨੀ ਚਿਰ ਦਾ ਬਿਮਾਰ ਹੁੰਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਅਸੀਂ ਇੰਨੇ ਡਿਸਕਨੈਕਟਿਡ ਯੂ نو ਅਸੀਂ ਕਹਿੰਦੇ ਕਿ ਪ੍ਰਾਈਵੇਸੀ ਰੱਖ ਚਾਹੁੰਦੇ ਆ ਅਸੀਂ ਪ੍ਰਾਈਵੇਸੀ ਚਾਹੁੰਦੇ ਪਰ ਉਹ ਜਿਹੜੀ ਆਪਟੀਮਲ ਨਹੀਂ ਹੈਗੀ ਕਿ ਕੰਡੀਸ਼ਨ ਇੱਕ ਬੱਚੇ ਨੂੰ ਪਾਲਣ ਵਾਸਤੇ ਐਕਚੁਅਲੀ ਬੱਚਾ ਪਲਦਾ ਹੀ ਟ੍ਰਾਈਬਸ ਚ ਮਿਸਟਰ ਥਿੰਗ ਐਂਡ ਉਹ ਸੇਇੰਗ ਆ ਯਾ ਨਾ ਕਿ ਇਟ ਟੇਕਸ ਅ ਵਿਲੇਜ ਟੂ to uh, to a raise child. a child and oh village sada khatam ho gaya hmm oh si village to inne lokan to sirf ik jane te aa gaya ਹੁਣ ਇੱਕ ਜਣਾ ਤੇ ਪ੍ਰੈਸ਼ਰ ਬਹੁਤ ਆ ਵੀ ਮੈਂ ਬੱਚਾ ਕਰਨਾ ਵੀ ਤੇ ਮੈਂ ਕਾ ਕ੍ਰੀਏਟ ਵੀ ਪਰਫੈਕਟ ਬੱਚਾ ਕਰਨਾ ਜਿਹੜਾ ਕਾਮਯਾਬ ਵੀ ਹੋਵੇ ਦੁਨੀਆ ਚ ਸਾਰਾ ਤਰ੍ਹਾਂ ਦਾ ਉਹਨੂੰ ਹੋਵੇ ਉਹ ਪ੍ਰੈਸ਼ਰ ਬਹੁਤ ਵੱਡਾ ਵਾ ਯੂ نو ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਜਕੱਲ ਤਾਂ ਬੱਚੇ ਆਪਾਂ 10 ਐਕਟੀਵਿਟੀਆਂ ਚ ਪਾਏ ਹੋਏ ਆ ਪਾਏ ਦਾ ਟਾਈਮ ਉਹ 10 ਸਾਲਾਂ ਦੇ ਹੁਣ ਉਹ ਆਲਰੇਡੀ ਕੋਈ ਇਨਵੈਂਸ਼ਨ ਕਰ ਚੁੱਕੇ ਹੋਣ ਰਾਈਟ ਸੋ ਦੈਟ ਇਜ਼ ਅ ਪ੍ਰੈਸ਼ਰ ਰਾਈਟ ਕਿਉਂਕਿ ਬੱਚੇ ਦਾ ਪ੍ਰੋਪਰ ਹਜੇ ਬ੍ਰੇਨ ਡਿਵੈਲਪ ਹੀ ਨਹੀਂ ਹੋਇਆ ਕਿ ਉਹਨੂੰ ਤੁਸੀਂ 10 ਐਕਟੀਵਿਟੀਆਂ ਚ ਪਾਤਾ ਇਨਾਂ ਪ੍ਰੈਸ਼ਰਜ਼ ਦੇ ਨਤੀਜੇ ਨਤੀਜੇ ਦੇ ਤੌਰ ਤੇ ਹੀ ਬਲਵਿੰਦਰ ਲੋਕ ਹੁਣ ਬੱਚੇ ਨਹੀਂ ਪੈਦਾ ਕਰ ਰਹੇ ਤੁਸੀਂ ਦੇਖ ਰਹੇ ਹੋ ਕਿ ਸਾਡੀ ਤਾਂ ਆਬਾਦੀ ਇੱਥੇ ਘਟ ਰਹੀ ਹੈ ਬਾਹਰੋਂ ਲੈ ਕੇ ਆ ਰਹੇ ਆ ਬੰਦੇ ਹੂੰ 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 ਜਿਹੜੇ ਇਹ ਪ੍ਰੈਸ਼ਰਸ ਨੇ ਇਹਨਾਂ ਪ੍ਰੈਸ਼ਰ ਸਦਕਾ ਬੁਮਾਰੀ ਤੋਂ ਬਚਣਾ ਬੱਚਿਆਂ ਦਾ ਪ੍ਰੈਸ਼ਰ ਟਾਈਮ ਦੇਣਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਲੋਕਾਂ ਦੇ ਰਹਿ ਨਹੀਂ ਦਿਓ ਇਹ ਤਾਂ ਉਹ ਕਹਿੰਦੇ ਬੱਚੇ ਅਫੋਰਡੇਬਲ ਹੀ ਨਹੀਂ ਰਹੇ ਬੱਚੇ ਅਫੋਰਡੇਬਲ ਨਹੀਂ ਰਹੇ ਕਿਉਂਕਿ ਜਿਹੜੀਆਂ ਸੀ ਐਕਸਟਰਾ ਐਕਟੀਵਿਟੀਜ਼ ਐਕਸਟਰਾ ਚੀਜ਼ਾਂ ਪਾਈਆਂ ਲੀਆਂ ਬੱਚੇ ਨੂੰ ਯੂ ਨੋ ਅੱਜਕੱਲ ਬੱਚੇ ਦੀ ਬਰਤ ਦੇ ਪਾਰਟੀ ਵੀ ਮੈਨੂੰ ਲੱਗਦਾ ਇੱਕ ਵਿਆਹ ਜਿੰਨਾ ਕੰਮ ਆ ਅੱਗੇ ਜਿੰਨਾ ਵਿਆਹ ਤੇ ਉਹਨਾਂ ਇੱਕ ਬੱਚੇ ਦੀ ਬਰਤ ਦੇ ਪਾਰਟੀ ਪਲਾਨ ਕਰਨੀ ਨਾ ਉਹ ਹੋ ਜਾ ਉਹ ਜਾ ਕਿਉਂਕਿ ਅਸੀਂ ਆਈ ਮੀਨ ਬਹੁਤ ਵੱਡਾ ਲੈਵਲ ਹੀ ਬਹੁਤ ਵੱਡਾ ਲੱਗੇ ਅੱਗੇ ਬਰਤ ਦੇ ਪਾਰਟੀਆਂ ਹੁੰਦੇ ਸੀ 10 ਬੱਚੇ ਲਿਆਓ ਕਰੇ ਉਹਵੇਂ ਬੈਠ ਜੋ ਕੋਈ ਮੜ ਮਟ ਖਾਣ ਪੀਣ ਲਈ ਆਜੇ ਤੇ ਇਹ ਬਰਤ ਦੇ ਪਾਰਟੀਆਂ ਹੁੰਦੀ ਸੀ ਬੱਚੇ ਖੇਡ ਲੈ ਪਰ ਅੱਜਕੱਲ ਬਰਤ ਦੇ ਪਾਰਟੀਆਂ ਇਹ ਨਹੀਂ ਹੈਗੀਆਂ ਅੱਜਕੱਲ ਫੋਟੋ ਵਾਲਾ ਚਾਹੀਦਾ ਵਾ ਫਿਰ ਇੱਕ ਵੱਡਾ ਗ੍ਰੈਂਡ ਬਰਥਡੇ ਗਿਫਟ ਚਾਹੀਦੇ ਗਿਫਟ ਚਾਹੀਦੇ ਕਿ ਗ੍ਰੈਂਡ ਇੱਕ ਡੈਕੋਰੇਸ਼ਨ ਵਾਲਾ ਚਾਹੀਦਾਗਾ ਇਟਸ ਅ ਪ੍ਰੈਸ਼ਰ ਲਾਈਕ ਮੈਂ ਸੋਹਦੀ ਕਿ ਪੇਰੈਂਟਸਔਰ ਦੇ ਪ੍ਰੈਸ਼ਰ ਹੀ ਬੜਾ ਵਾ ਯੂ نو ਫਰਸਟ ਬਰਥਡੇ ਦਾ ਬੜਾ ਪ੍ਰੈਸ਼ਰ ਹੈ ਐਂਡ ਵੀ ਮੇਕਿੰਗ ਥਿੰਗਸ ਵੈਰੀ ਕੰਪਲਿਕਟਿਡ ਫੋਰ ਅਸ ਇਟ ਯੂਸ ਟੂ ਬੀ ਵੈਰੀ ਸਿੰਪਲ ਪਰ ਉਹ ਪ੍ਰੈਸ਼ਰ ਆ ਫਿਰ ਯੂ نو ਹੁਣ ਉਹ ਕਹਿੰਦੇ ਵੀ ਜਦੋਂ ਬੱਚੇ ਦਾ ਉਹ ਕੇਕ ਵੀ ਉਹ ਕਰਦੇ ਉਹ ਕਹਿੰਦੇ ਬੱਚੇ ਨੂੰ ਸਮਾਈਲ ਕਰਨਾ ਐ ਫੋਟੋ ਕਰਾਉਣੀ ਉਹ ਜਦੋਂ ਨਹੀਂ ਕਰਦਾ ਫਿਰ ਗੁੱਸਾ ਚੜਦਾ ਆਪਦੇ ਆਪ ਨੂੰ ਵੀ ਤੂੰ ਕਰ ਇੰਨੇ ਪੈਸੇ ਮੈਂ ਫੋਟੋ ਤੇ ਵੀ ਲਾਏ ਆ ਤੇ ਤੂੰ ਉਹ ਵੀ ਸਮਾਈਲ ਵੀ ਨਹੀਂ ਕਰ ਰਿਹਾ ਤੇ ਫੋਟੋਆਂ ਵੀ ਨਹੀਂ ਇਟਸ ਅ ਪ੍ਰੈਸ਼ਰ ਦਾ ਚਾਈਲਡ ਕੁਡ ਕੇਅਰ ਲੈਸ ਯੂ نو ਐਂਡ ਸੋ ਇਹ ਚੀਜ਼ ਅਸੀਂ ਦੇਖਣੀ ਆ ਐਂਡ ਜਿਹੜਾ ਪੇਰੈਂਟਿੰਗ ਇਨਵਾਇਰ ਐਂਡ ਐਂਡ ਸਕਰੀਨ ਆਬਵੀਸਲੀ ਮੋਰ ਐਂਡ ਪੇਰੈਂਟਿੰਗ এনਵਾਇਰਨਮੈਂਟ ਲੈਸ ਐਂਡ ਲੈਸ ਕੰਪੈਟੀਬਲ ਹੋ ਰਿਹਾ ਸਾਡੇ ਬੱਚਿਆਂ ਲਈ ਕੰਫਰਟੇਬਲ ਲੈਸ ਹੋ ਰਿਹਾ ਮੈਡੀਸਨ ਹੈਗੀ ਇਹਦੀ ਏਡੀਐਚਡੀ ਤੇ ਦਵਾਈਆਂ ਹੈਗੀਆਂ ਜੀ ਹਾਂ ਮੈਡੀਸਨ ਹੈਗੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਦੇ ਡਾਕਟਰ ਨਾਲ ਪ੍ਰੋਪਰ ਡਿਸਕਸ ਕਰ ਸਕਦੇ ਹੋ ਪਰ ਸਾਨੂੰ ਇਹ ਲਾਈਫਸਟਾਈਲ ਬਦਲਣ ਦੀ ਲੋੜ ਆ ਯੂ نو ਇੱਕ ਮੈਡੀਕੇਸ਼ਨ ਦੇ ਨਾਲ ਆਫ ਕੋਰਸ ਉਹ ਟਾਈਮ ਬੀਂਗ ਹੈਲਪ ਕਰਦੇ ਆ ਇਹਦੇ ਕੋਈ ਮੈਂ ਨਹੀਂ ਇਹਦੇ ਵਿੱਚ ਪ੍ਰੋਪਰ ਰਿਸਰਚ ਆ ਹੈਲਪ ਕਰਦੇ ਹੋ ਤੁਸੀਂ ਆਪਣੇ ਆਪਦੇ ਡਾਕਟਰ ਤੋਂ ਪੁੱਛ ਸਕਦੇ ਆ ਪਰ ਉਹਦੇ ਨਾਲ ਨਾਲ ਤੁਹਾਨੂੰ এনਵਾਇਰਨਮੈਂਟ ਤੇ ਵੀ ਕੰਮ ਕਰਨਾ ਪੈਣਾ ਤਾਂ ਜੋ ਇਹ ਠੀਕ ਹੋ ਸਕੇ ਯੂ نو ਕੱਲਾ ਤੁਸੀਂ ਮੈਡੀਕੇਸ਼ਨ ਨਾ ਕਰੋਗੇ এনਵਾਇਰਨਮੈਂਟ ਉਹ ਪ੍ਰੀਫਰੰਟਲ ਕੋਰਟੈਕਸ ਨੂੰ ਡਿਵੈਲਪ ਨਹੀਂ ਹੋਣਾ ਕਾ ਯੂ نو ਐਂਡ ਉਹ ਤੁਸੀਂ ਆਪਦਾ এনਵਾਇਰਨਮੈਂਟ ਵੇਖੋ ਵੀ ਮੇਰਾ এনਵਾਇਰਨਮੈਂਟ ਕਿਹੜੀ ਚੀਜ਼ ਜ਼ਿਆਦਾ ਸਟ्रेस ਬਣਾਉਂਦੀ ਆ ਇਹ ਸਾਡੇ ਸਾਰੇ ਘਰਾਂ ਦਾ ਵੱਖਰਾ ਵੱਖਰਾ ਹੋ ਸਕਦਾ ਵਾ ਕਿਸੇ ਕੋਲ ਪੈਸਾ ਥੋੜਾ ਹੋਵੇ 스트ੈਸ ਬਣਾਉਂਦੀ ਆ এনਵਾਇਰਨਮੈਂਟ ਕਿਸੇ ਕੋਲ ਜਿਆਦਾ ਹੋਵੇ ਉਹ ਵੀ 스트ੈਸਫੁਲ ਬਣਾ ਦਿੰਦਾ ਐਨਵਾਇਰਨਮੈਂਟ ADHD ਵਾਲੇ ਬੱਚੇ ਆਮ ਤੌਰ ਤੇ ਹਾਈਪਰ ਹੁੰਦੇ ਆ ਜੀ ਹਾਂ ਉਹ ਜਿਵੇਂ ਇੰਪਲਸ ਪੂਰ ਇੰਪਲਸ ਰੈਗੂਲੇਸ਼ਨ ਹੁੰਦੀ ਆ ਆਹ ਹੈ ਹਾਈਪਰ ਹੁੰਦੇ ਆ ਉਹਨਾਂ ਤੋਂ ਅਟੈਂਸ਼ਨ ਨਹੀਂ ਪੇ ਹੁੰਦੀ ਐਂ ਜਿਵੇਂ ਕੀ ਕਿਹਾ ਇਹ ਸਮਾਲ ਬੱਚਿਆਂ ਦੀਆਂ ਇਹ ਸਮਾਲ ਬੱਚਿਆਂ ਦੀਆਂ ਸਿੰਪਟਮਸ ਹੁੰਦੇ ਆ ਵੱਡੇ ਹੋ ਕੇ ਇਹ ਡਿਵੈਲਪ ਹੋਣੀਆਂ ਚਾਹੀਦੀਆਂ ਸੀ ਹਮ ਹੁੰਦੀਆਂ ਨਹੀਂ ਯੂ ਨੋ ਪਰੇ ਹੁੰਦੀਆਂ ਨਹੀਂ ਹਮ ਛੋਟਾ ਬੱਚਾ ਹੁਣ ਯੋਨ ਜਿਵੇਂ ਆਪਾਂ ਆਫੇਅਰ ਵੀ ਗੱਲ ਕਰ ਰਹੇ ਸੀ ਖਾਣ ਪੀਣ ਦੀ ਵੀ ਜੋ ਛੋਟਾ ਬੱਚਾ ਉਹਦੇ ਮੂਰੇ ਮਿਠਾਈ ਫਰਾ ਦੋ ਉਹਦੇ ਵਿੱਚ ਕੋਈ ਇੰਪਲਸ ਕੰਟਰੋਲ ਨਹੀਂ ਉਹਨੇ ਖਾਣੀ ਆ ਹੁਣ ਜੇ ਅਸੀਂ 35 ਸਾਲਾਂ ਦੇ ਹੋ ਗਏ ਆ ਤੇ ਸਾਡੇ ਮੂਰੇ ਵੱਧ ਸਾਡੇ ਚ ਵੀ ਉਹੀ ਇੰਪਲਸ ਕੰਟਰੋਲ ਨਹੀਂ ਹੈ ਨੀਗਾ ਇਹ ਤਾਂ ਮਤਲਬ ਸਾਡਾ ਡਿਵੈਲਪ ਨਹੀਂ ਹੋਇਆ ਓਵਰ ਟਾਈਮ ਅਖੀਰ ਚ ਕੀ ਦੱਸਣਾ ਚਾਹੋਗੇ ਸਾਡੇ ਸੁਣ ਵਾਲੇ ਹਾਂਜੀ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਆਪਾਂ ਇਸ ਚੀਜ਼ ਦੀ ਗੱਲ ਕੀਤੀ ਆ ਕਿ ਆਪਦੇ ਡਾਕਟਰ ਦੇ ਨਾਲ ਰੱਖ ਕੇ ਜੋ ਵੀ ਤੁਸੀਂ ਮੈਡੀਕੇਸ਼ਨ ਜਾਂ ਕਰਦੇ ਹੋ ਪਰ ਆਪਦੇ এনਵਾਇਰਨਮੈਂਟ ਤੇ ਆ ਵਰਕ ਕਰੋ ਐਂਡ ਇਹਨੂੰ ਇੱਕ ਡਿਸਆਰਡਰ ਨਾ ਇਹ ਐ ਕਹੇ ਕਿ ਇੱਕ ਬਿਮਾਰੀ ਆ ਇੱਕ ਡਿਵੈਲਪਮੈਂਟਲ ਪ੍ਰੋਬਲਮ ਆ ਜਿਹੜੀ ਕਿ ਐਜ਼ ਅ ਰਿਜ਼ਲਟ ਪਰਵਰਿਸ਼ ਦਾ ਰਿਜ਼ਲਟ ਹੋਣੀ ਚਾਹੀਦੀ ਸੀ ਡਿਵੈਲਪਮੈਂਟ ਤੇ ਹੋਈ ਨਹੀਂ ਕਿਸੇ ਕਾਰਨਾ ਕਰਕੇ ਬਲਵਿੰਦਰ ਜੀ ਤੁਹਾਡੇ ਫੇਸਬੁੱਕ ਤੇ ਤੁਹਾਡਾ ਕਨੈਕਸ਼ਨ ਹੈ ਹਾਂਜੀ ਤੁਸੀਂ ਪਲਵਿੰਦਰ ਗਿੱਲ ਦੇ ਪੇਜ ਤੇ ਮੈਸੇਜ ਕਰ ਸਕਦੇ ਹੋ ਐਂਡ ਉੱਥੇ ਅਸੀਂ ਰਿਕੁਐਸਟ ਲੈਂਦੇ ਉੱਥੇ ਅਸੀਂ ਅਨਸਰ ਲੈਂਦੇ ਹਾਂਜੀ ਹਾਂਜੀ ਬਾਕੀ ਉੱਥੇ ਪੋਡਕਾਸਟ ਹਾਂਜੀ ਪਲਵਿੰਦਰ ਗਿੱਲ ਪੇਜ Okay. And your Facebook page. Thank you. Thank you. Thank you so much.